ਏ ਮੇਰੇ ਬਿਰੋ ਝੂਲੀ ਐ ਇਹ ਸਤਾਰ ਗੁਰੀ ਤੁਰਾ ਦਾ ਚੰਡਿਆ ਹੋਇਆ ਇੱਕ ਪਾਸੇ ਗੱਲ ਮੈਂ ਇੱਕ ਪਾਸੇ ਝੂਲੀ ਏ ਮੇਰੇ ਬਿਰੋ ਮਾਰੀ ਡਾਰ ਏ ਉਹ ਟੱਟੇ ਜਮੀਨਾਂ ਖੁੱਲੇ ਦਿਲ ਬੱਲੀਏ ਸਦਕੇ ਜਾਈਏ ਇਸ ਬਾਈ ਦੇ ਜਿਸ ਨੇ ਪਿੰਡ ਦੇ 40 ਬੱਚਿਆਂ ਨੂੰ ਲਾਇਆ ਮਾਥੇੜ ਕਬੱਡੀ ਦੇ ਲਾ ਕੇ ਜੱਫੇ ਲਾਉਣਾ ਕੌਡੀਆਂ ਪਾ ਮੈਂ ਜੱਫੇ ਵੀ ਲਾ ਦਣਾ ਕੌਡੀਆਂ ਦੇ ਵਾਲਾ ਹੈ ਕੀ ਆਹ ਰਾਊਂਡ ਰ ਹੈ ਰੋਡਾ ਬੱਲਿਓ ਦਿੰਦਾ ਸਭ ਨੂੰ ਖਰਾਬ ਕੋਈ ਰੇਡਰ ਤੇ ਕੋਈ ਜਾਫੀ ਘੂੜਾ ਹੀ ਪੱਟੀ ਆਉਂਦੇ ਨੇ ਇਹ ਜਵਾਬ ਇਹਦਾ ਵੀ ਪੂਰਾ ਸਰੇ ਦਾ ਬੰਦਾ ਹੀ ਕੋਚ ਕਹਿੰਦੇ ਨੇ ਸਾਰੀ ਇਹ ਪੰਜਾਬੀਓ ਸ਼ੇਅਰ ਕਰਕੇ ਵਧਾਓ ਇਹਨਾਂ ਬੱਚਿਆਂ ਦਾ ਹੌਸਲਾ ਜੇ ਨਸ਼ਿਆਂ ਤੋਂ ਬਚਾਉਣਾ ਹੈ ਆਪਣਾ ਹੋਰ ਡਿਗਰੀ ਵਧੀਆ ਲੱਗਦੀ ਹੈ ਜੇ ਕਬੱਡੀ ਪਾਉਣਾ ਪਤਾ ਕਿ ਯਾਹੀ ਲੱਤਾਂ ਵਾਹਦੇ ਨੇ ਮੈਂ ਛਾਲ ਜਿਹਾ ਆ ਜਾਂਦਾ ਜੀ ਉਦੋਂ ਮੇਰੇ ਫੈਨ ਬਣ ਗਏ ਸਾਰੇ ਈਮਾ ਲਗਾਉ ਮਰਦਾ ਹਰੇ ਕੋਈ ਕਹਿੰਦਾ ਕਹਿੰਦਾ ਕਿੰਨਾ ਤਕੜਾ ਲਗਾਉ ਮਰਦਾ ਇਹ ਆ ਕਹਿੰਦਾ ਨਾ ਇਹਦਾ ਜੇ ਮੈਨੂੰ ਮੈਚ ਕਹਿੰਦਾ ਨਾ ਕਹਿੰਦਾ ਮੈਂ ਤੇਰਾ ਫੈਨ ਹਾਂ ਰਹੀ ਫੈਨ ਅੱਛਾ ਫੈਨ ਇਹਦਾ ਪੱਕਾ ਹੈ ਹਾਂਜੀ ਜਿੰਨੀ ਵੀ ਰੈਡਾ ਬੋਨਾ ਸਾਰੇ ਤੇ ਆਹੀ ਲੱਗਦਾ ਜੱਫਾ ਮੈਂ ਪੰਡਤ ਇਹ ਕਹਿੰਦਾ ਤੈਨੂੰ ਵਧੀਆ ਲੱਗਦਾ ਫੁੱਲ ਹਾਂਜੀ ਬਸ ਕੌਡੀਆਂ ਦੇਖ ਕੇ ਹੀ ਮੈਂ ਥਾਪੀ ਸੁਪੀ ਮਤਲਬ ਮੈਂ ਚਾਹ ਤੇ ਵੀਡੀਓ ਦੇਖਦੇ ਆ ਮਤਲਬ ਸ਼ੋਅ ਮੈਚ ਹੁੰਦੇ ਨੇ ਕਈ ਉਹਦੇ ਵਿੱਚ ਵੀਡੀਓ ਦੇਖਣਾ ਤਾਂ ਕਰਕੇ ਦੇ ਕਰਕੇ ਬਸ ਕਹਿਆ ਜਾਂਦਾ ਵੀ ਪਿੰਡਾਂ ਦੇ ਵਿੱਚ ਤਾਂ ਨੌਜਵਾਨੀ ਖਤਮ ਹੋ ਗਈ ਬੱਚੇ ਖਤਮ ਹੋ ਗਏ ਕਹਿੰਦੇ ਬੱਚੇ ਪਬਜੀ ਗੇਮਾਂ ਖੇਡਣ ਲੱਗੇ ਨੌਜਵਾਨੀਆਂ ਜਿਹੜੀ ਨਸ਼ਿਆਂ 'ਚ ਗਲਤਾਨ ਹੋ ਗਈ ਇਹ ਵੱਖਰੀ ਤਸਵੀਰ ਪੇਸ਼ ਕਰ ਰਹੇ ਹਾਂ ਪੰਜਾਬ ਦੀ ਓ ਬਾਈ ਜਿੰਨਾ ਟਾਈਮ ਆਪਾਂ ਕਬੱਡੀ ਖੇਡੇ ਆਪਾਂ ਨੂੰ ਕੋਈ ਸਪੋਰਟ ਨਹੀਂ ਮਿਲੀ ਨਾ ਆਪਾਂ ਨੂੰ ਕਿਸੇ ਨੇ ਮੰਨ ਲੋ ਮਾੜੇ ਜਗ੍ਹਾ ਤੋਂ ਜਾਂ ਚੰਗੀ ਜਗ੍ਹਾ ਤੋਂ ਰੋਕਿਆ ਵੀ ਸਮਝ ਲਓ ਵੀ ਆਪਾਂ ਦਾ ਇੱਕ ਸੁਪਨਾ ਸੀਗਾ ਵੀ ਆਪਣੇ ਪਿੰਡ ਦੇ ਬੱਚੇ ਵੀ ਪਲੇਅਰ ਹੋਣ ਇਹ ਬੱਚਾ ਇਹਨੂੰ ਪੋਲੀ ਹੋਈ ਖਾਂਦੇ ਜਾਂਦੇ ਇਹ ਬੱਚਾ ਜੀ ਥੋੜਾ ਜਿਆ ਹੁਣ ਵੀ ਚਲੋ ਬੱਚਾ ਇਹ ਵਿੱਚ ਇੱਕ ਵੀ ਡੰਡ ਨਹੀਂ ਸੀ ਲਾਉਂਦਾ ਇੱਕ ਵੀ ਮੰਨ ਲਓ ਹੁਣ ਦੀ ਘੜੀ ਚਲੋ ਪ੍ਰਮਾਤਮਾ ਦੀ ਕਿਰਪਾ ਹੀ ਵੀ ਬੱਚਾ ਮੁੜ ਰਿਹਾ ਉਹ ਫਸੇ ਹੋਏ ਇਹ ਬੱਚੇ ਦੇ ਨਾਂ ਦਾ ਸਿਰ ਤੇ ਮਾਂ ਐ ਨਾ ਬਾਪ ਆ ਭਾਈ ਵੀ ਹੁਣ ਤਾਂ ਚਲੋ ਬਹੁਤ ਜ਼ਿਆਦਾ ਫਰਕ ਆ ਇਹ ਦੀ ਛੇਦ ਦੇ ਵਿੱਚ ਪਹਿਲਾਂ ਤਾਂ ਚੱਲਦਾ ਚੱਲਦਾ ਹੀ ਡਿੱਗ ਜਾਂਦਾ ਸੀ ਹੁਣ ਤਾਂ ਭੱਜ ਵੀ ਲੰਦਾ ਕੁਝ ਜਿਹੇ ਬੱਚੇ ਵੀ ਨੇ ਇਨਾਂ ਦਾ ਸਾਰਾ ਖਰਚਾ ਮੈਂ ਆਪਣਾ ਪੱਲਿਓਂ ਕਰਦਾ। ਮਾੜ ਟੁੱਟੀ ਸੀ ਜਦ ਕਰਦੀ ਕੀ ਕਹਿੰਦੇ ਸੀ? ਕਹਿੰਦੇ ਸੀ ਵੀ ਹੁਣ ਨਹੀਂ ਖੇਡਾਉਣਾ ਕਬੱਡੀ ਵੀ ਚੱਟ ਵੇੜ ਵਾਜੀ। ਹਾਂ। ਬਾਹਾਂ ਟੁੱਟ ਗਈ ਸੀ। ਵੀ ਬਾਹਾਂ ਚ ਕੱਜ ਪੈ ਗਿਆ। ਅੱਛਾ। ਵੀ ਹੁਣ ਨਹੀਂ ਖਲਾਇਆ ਕਰਨਾ। ਹਾਂ। ਮੈਂ ਕਿਹਾ ਤੇ ਮੈਂ ਨਾ ਵੀ ਕਾ ਕਬੱਡੀ ਦਾ ਮੈਂ ਖੇਡਣੀ ਉਹ ਖੇਡਣੀਆਂ। ਤੈਨੂੰ ਸੋਚਵੇ। ਇਹ ਬੱਚਾ ਚਲੋ ਬਹੁਤ ਹੀ ਜ਼ਿਆਦਾ ਗਰੀਬੀ ਦੇ ਰੇਜੋਂ ਆ। ਇਹ ਬੱਚਾ ਬਹੁਤ ਵਧੀਆ ਪਲੇਅਰ ਬਣਨੇ ਵਾਲਾ ਹੈ। ਇਹਦਾ ਵੀ ਕੋਈ ਮੰਨ ਲਓ ਜੀ ਵਾਲੀਵਾਰਸ ਹੈ ਨਹੀਂ ਇਹ ਆਪਣੇ ਚਾਚਾ ਚਾਚੀ ਕੋਲ ਰਹਿੰਦਾ ਹਾਂ ਜੀ ਵੀ ਪਰ ਬਹੁਤ ਹੀ ਵਧੀਆ 플레이ਰ ਅੱਜ ਦੀ ਘੜੀ ਦਾ ਵੀ ਇਹ ਹਜੇ ਬੱਚਿਆਂ ਨੂੰ ਜੇ ਕੋਈ ਸਪੋਰਟ ਕਰੇ ਹਨਾ ਜੀ ਵੀ ਟੌਪ ਦੇ 플레이ਰ ਬਣਨੇ ਵਾਲੇ ਨੇ ਜਦੋਂ ਮੇਰੇ ਸ਼ੱਟ ਲੱਗੀ ਮੈਨੂੰ ਕਿਸੇ ਨੇ ਨਹੀਂ ਪੁੱਛਿਆ ਜੀ 2019 'ਚ ਸ਼ੱਟ ਲੱਗੀ ਸੀ ਮੇਰੇ ਉਸ ਤੋਂ ਪਹਿਲਾਂ ਚਲੋ ਪ੍ਰਮਾਤਮਾ ਦੀ ਮਿਹਰ ਸੀਗੀ ਵਧੀਆ ਕੱਪ ਜਿੱਤਦੇ ਸੀਗੇ ਬੱਚਿਆਂ ਨੂੰ ਵੀ ਜਦੋਂ ਮੈਂ ਆਉਂਦਾ ਸੀ ਬੱਚਿਆਂ ਨੂੰ ਚਾਹ ਉਹ ਚੜ ਜਾਂਦਾ ਸੀ ਵੀ ਹਾਂ ਵੀ ਸਾਡਾ ਸਤਾਦ ਆ ਗਿਆ ਜਾਂ ਸਾਡਾ ਬਾਈ ਆ ਗਿਆ ਇਹ ਮੁੰਡਾ ਬਹੁਤ ਵਧੀਆ ਜੀ ਐਦ ਕੀ ਸਟੇਟ ਲੈਵਲ ਖੇਡ ਕੇ ਆਇਆ ਟ੍ਰੈਵਲ ਖੇਡ ਗਿਆ ਹਾਂ ਅੱਛਾ ਸਕੂਲ ਵੱਲੋਂ ਗਿਆ ਸੀ ਹਾਂਜੀ ਉਹ ਟੀਚਰ ਨਹੀਂ ਲੈ ਕੇ ਗਏ ਜੀ ਸਾਨੂੰ ਉਸਤਾਦ ਹੀ ਲੈ ਕੇ ਗਏ ਬਾਹਰ ਬੈਠੇ ਐਨਆਰਆਈ ਵਿੱਚ ਲੋਕ ਨੇ ਹਨਾ ਵੀ ਉਹ ਬੱਚਿਆਂ ਦੀ ਸਹਾਇਤਾ ਕਰਨ ਜੋ ਇਹੋ ਜਿਹਾ ਕੋਈ ਕਿਸੇ ਨੇ ਪਰਾਲਾ ਤੋਰਿਆ ਹਨਾ ਵੀ ਚਲੋ ਸਾਡਾ ਨਹੀਂ ਕਿਸੇ ਹੋਰ ਦਾ ਵੀ ਜੇ ਕਿਸੇ ਦਾ ਤੋਰਿਆ ਹੋਇਆ ਤਾਂ ਉਹਨਾਂ ਦੀ ਹੈਲਪ ਕਰਨ ਵੀ ਰੱਜੇ ਹੋਏ ਨੂੰ ਤਾਂ ਰੇ ਕੇ ਰਜਾਈ ਜਾਂਦਾ ਏ ਵੀ ਜਦੋਂ ਇਹੋ ਜਿਹੇ ਬੱਚਿਆਂ ਦਾ ਕੋਈ ਦਾਨਪੁਨ ਕਰਦਾ ਕੀ ਪਤਾ ਪ੍ਰਮਾਤਮਾ ਨੇ ਕਿੱਥੇ ਯਾਰਾ ਕਰ ਦਣਾ ਜੀ ਪੰਜਾਬ ਦਾ ਇੱਕ ਕਾਫੀ ਮਸ਼ਹੂਰ ਗੀਤ ਆ ਚੁੰਗਦੇ ਆ ਬੂਰੀਆਂ ਤੇ ਖੇੜਦੇ ਕਬੱਡੀਆਂ ਪੰਜਾਬ ਦੇ ਖੂਨ ਦੇ ਵਿੱਚ ਕਬੱਡੀ ਐ ਪੰਜਾਬ ਦੀਆਂ ਬੋਲੀਆਂ ਦੇ ਵਿੱਚ ਕਬੱਡੀ ਐ ਪੰਜਾਬ ਦੇ ਘਰ ਘਰ ਦੇ ਵਿੱਚ ਕਬੱਡੀ ਐ ਪਰ ਅੱਜ ਦੇ ਸਮੇਂ ਦੇ ਵਿੱਚ ਪੰਜਾਬ ਦੀ ਤਸਵੀਰ ਹੈ ਜਿਹੜੀ ਇਸ ਤਰੀਕੇ ਦੀ ਦਿਖਾਈ ਜਾ ਰਹੀ ਹੈ ਕਿ ਪਿੰਡਾਂ ਦੇ ਵਿੱਚ ਨੌਜਵਾਨ ਨੇ ਜਿਹੜੇ ਉਹ ਨਸ਼ੇੜੀ ਹੋ ਗਏ ਨੇ ਪਿੰਡਾਂ ਦੇ ਨੌਜਵਾਨ ਨੇ ਜਿਹੜੇ ਪਿੰਡਾਂ ਦੇ ਬੱਚੇ ਨੇ ਜਿਹੜੇ ਉਹ ਖੇਡਾਂ ਤੋਂ ਟੁੱਟਦੇ ਜਾ ਰਹੇ ਨੇ ਪਰ ਇਹ ਤਸਵੀਰ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਇਸ ਪਿੰਡ ਦੀ ਇਸ ਪਿੰਡ ਦੇ ਵਿੱਚ ਤੂਰਾ ਪਿੰਡ ਆ ਇਹ ਅਮਲੋ ਏਰੀਆ ਦਾ ਪਿੰਡ ਆ ਤੇ ਇਸ ਪਿੰਡ ਦੇ ਵਿੱਚ ਗੁਰੀ ਤੂਰਾ ਵਾਲਾ ਗੁਰੀ ਤੂਰਾ ਵਾਲਾ ਇੱਕ ਨੌਜਵਾਨ ਜਿਹੜਾ ਕਬੱਡੀ ਆਪ ਵੀ ਖੇਡਦਾ ਰਿਹਾ ਪਰ ਹੁਣ ਨਵੇਕਲਾ ਉਪਰਾਲਾ ਇਹ ਆ ਕਿ ਬਾਈ ਪਿੰਡ ਦੀ ਬੱਚਿਆਂ ਦੀ ਟੀਮ ਤਿਆਰ ਕਰ ਰਿਹਾ ਕਬੱਡੀ ਦੀ ਤੇ ਕੁਝ ਬੱਚੇ ਅਜਿਹੇ ਨੇ ਜਿਨ੍ਹਾਂ ਦੇ ਘਰ ਵਿੱਚ ਕੋਈ ਨਹੀਂ ਮਾਂ ਨਹੀਂ ਪਿਓ ਨਹੀਂ ਪਰ ਆਪਣੇ ਪੱਲਿਓ ਪੈਸਾ ਖਰਚ ਕੇ ਇਹਨਾਂ ਬੱਚਿਆਂ ਨੂੰ ਗਲਤ ਦਿਸ਼ਾਵਾਂ ਦੇ ਵਿੱਚ ਜਾਣ ਤੋਂ ਰੋਕਦਾ ਤੇ ਮਾਂ ਖੇਡ ਕਬੱਡੀ ਦੇ ਨਾਲ ਜੋੜਦਾ ਤਾਂ ਗੱਲਬਾਤ ਕਰਦੇ ਆ ਇੱਕ ਵਾਰ ਕਹੂੰਗਾ ਇਹ ਖੂਬਸੂਰਤ ਤਸਵੀਰ ਤੁਸੀਂ ਦੇਖ ਲਓ ਸਾਰੇ ਬੱਚੇ ਨੇ ਜਿਹੜੇ ਬਚਪਨ ਦੇ ਵਿੱਚ ਨੇ ਇਹ ਬੱਚੇ ਨੇ ਜਿਹੜੇ ਕਬੱਡੀ ਖੇਡਦੇ ਨੇ ਪਿੰਡ ਤੂਰਾ ਦੇ ਤਾਂ ਬਈ ਸਵਾਗਤ ਹੈ ਪਰੂ ਪੰਜਾਬ ਟੀਵੀ ਤੇ ਸੱਸੀ ਜੀ ਬਈ ਪਹਿਲਾਂ ਤਾਂ ਪਰੂ ਪੰਜਾਬ ਟੀਵੀ ਦੇ ਭਰਾਵਾਂ ਦਾ ਧੰਨਵਾਦ ਜਿਹੜਾ ਨਮਾਣੀ ਜਿੰਦ ਨੂੰ ਮਾਨ ਬਖਸ਼ਣ ਸਾਡੇ ਪਿੰਡ ਆਏ ਤੇ ਬਈ ਆਪਣਾ ਇਹੀ ਅਪਰਾਲਾ ਕਿ ਜੇ ਇਦਾਂ ਦੇ ਬੱਚੇ ਜਿਨ੍ਹਾਂ ਦਾ ਪ੍ਰਮਾਤਮਾ ਨੇ ਕੁਝ ਵੀ ਨਹੀਂ ਬਖਸ਼ਿਆ ਨਾ ਵੀ ਪ੍ਰਮਾਤਮਾ ਹੀ ਆ ਇਹਨਾਂ ਨੂੰ ਅੱਗੇ ਲਿਆਉਣ ਵਾਸਤੇ ਆਪਾਂ ਨੇ ਇੱਕਾ ਛੋਟਾ ਜਿਹਾ ਉਪਰਾਲਾ ਦੋਰਿਆ ਬਾਈ ਤਾਂ ਬਈ ਬਹੁਤ ਵਧੀਆ ਉਪਰਾਲਾ ਲੱਗਿਆ ਮੇਲਾ ਦਾਲੇਦਾਲੇ 50 ਪਿੰਡਾਂ ਦੇ ਵਿੱਚ ਇਹੋ ਜੀ ਤਸਵੀਰ ਅਸੀਂ ਨਹੀਂ ਦੇਖੀ ਕਦੇ ਪਤਾ ਲੱਗਿਆ ਤਾਂ ਇੱਥੇ ਆਏ ਇਹ ਸ਼ੁਰੂ ਕਿਵੇਂ ਹੋਇਆ ਜਿਵੇਂ ਮੰਨ ਲਓ ਟੀਵੀ ਦੇ ਉਪਰ ਅਕਸਰ ਦੇਖਦੇ ਹਾਂ ਸੋਸ਼ਲ ਮੀਡੀਆ ਤੇ ਅਕਸਰ ਦੇਖਦੇ ਹਾਂ ਕਿਹਾ ਜਾਂਦਾ ਵੀ ਪਿੰਡਾਂ ਦੇ ਵਿੱਚ ਤਾਂ ਨੌਜਵਾਨੀ ਖਤਮ ਹੋ ਗਈ ਬੱਚੇ ਖਤਮ ਹੋ ਗਏ ਕਹਿੰਦੇ ਬੱਚੇ ਪਬਜੀ ਗੇਮਾਂ ਖੇਡਣ ਲੱਗੇ ਨੌਜਵਾਨੀ ਜਿਹੜੀ ਨਸ਼ਿਆਂ 'ਚ ਗਲਤਾਨ ਹੋ ਗਈ ਇਹ ਵੱਖਰੀ ਤਸਵੀਰ ਪੇਸ਼ ਕਰ ਰਹੇ ਹਾਂ ਪੰਜਾਬ ਦੀ ਭਾਈ ਜਿੰਨਾ ਟਾਈਮ ਆਪਾਂ ਕਬੱਡੀ ਖੇਡੇ ਆਪਾਂ ਨੂੰ ਕੋਈ ਸਪੋਰਟ ਨਹੀਂ ਮਿਲੀ ਨਾ ਆਪਾਂ ਨੂੰ ਕਿਸੇ ਨੇ ਮੰਨ ਲੋ ਮਾੜੇ ਜਗ੍ਹਾ ਤੋਂ ਜਾਂ ਚੰਗੀ ਜਗ੍ਹਾ ਤੋਂ ਰੋਕਿਆ ਵੀ ਸਮਝ ਲਓ ਵੀ ਆਪਾਂ ਦਾ ਇੱਕ ਸੁਪਨਾ ਸੀਗਾ ਵੀ ਆਪਣੇ ਪਿੰਡ ਦੇ ਬੱਚੇ ਵੀ ਪਲੇਅਰ ਹੋਣ ਵੀ ਨਸ਼ਿਆਂ ਤੋਂ ਬਚਣ ਬੱਚਾ ਘਰ-ਘਰ ਵਿੱਚ ਪਲੇਅਰ ਹੋਵੇ ਹਨਾ ਵੀ ਅੱਜ ਦੇ ਟਾਈਮ 'ਚ ਤਾਂ ਆਪਾਂ ਦੇਖਦੇ ਆਂ ਵੀ ਲਗਭਗ ਸਾਰੇ ਪਿੰਡਾਂ 'ਚ ਨਸ਼ਾ ਬਹੁਤ ਹੀ ਜ਼ਿਆਦਾ ਵੱਧ ਗਿਆ ਹਨਾ ਵੀ ਇਹ ਚੀਜ਼ ਕਰਨ ਬਾਈ ਆਪਾਂ ਘਰ-ਘਰ 'ਚੋਂ ਪਿੰਡ ਦੇ ਹਰ ਘਰ ਦੇ ਵਿੱਚੋਂ ਵੀ ਬੱਚਾ ਇੱਕ ਇੱਕ ਬੱਚਾ ਸਭ ਨੂੰ ਕਹਿਆ ਵੀ ਇੱਕ ਇੱਕ ਬੱਚਾ ਗਰਾਊਂਡ ਭੇਜੋ ਸਾਰੇ ਬੱਚੇ ਇਹਨਾਂ ਚੋ ਕੁਝ ਜਿਹੇ ਬੱਚੇ ਵੀ ਨੇ ਜਿਨ੍ਹਾਂ ਦਾ ਸਾਰਾ ਖਰਚਾ ਮੈਂ ਆਪਣਾ ਪੱਲਿਓਂ ਕਰਦਾ ਬਈ ਸਹੀ ਆ ਤਾਂ ਇਹ ਬੱਚਾ ਜਿਵੇਂ ਤੁਸੀਂ ਕਹਿੰਦੇ ਹੋ ਇਹ ਬੱਚਾ ਵੀ ਪਹਿਲਾਂ ਤੁਰਦਾ ਨਹੀਂ ਸੀ ਚੰਗੀ ਤਰ੍ਹਾਂ ਪਹਿਲਾਂ ਬਈ ਬਹੁਤ ਜਿਆਦਾ ਘੱਟ ਤੁਰਦਾ ਸੀ ਇਹ ਬੱਚਾ ਵੀ ਹੁਣ ਤਾਂ ਚਲੋ ਪ੍ਰਮਾਤਮਾ ਦੀ ਕਿਰਪਾ ਕਰਨਾ ਇਹ ਬੱਚੇ ਦੇ ਨਾ ਤਾਂ ਸਿਰ ਤੇ ਮਾਂ ਐ ਨਾ ਬਾਪ ਆ ਬਈ ਵੀ ਹੁਣ ਤਾਂ ਚਲੋ ਬਹੁਤ ਜਿਆਦਾ ਫਰਕ ਆ ਇਹਦੀ ਛੇਦ ਦੇ ਵਿੱਚ ਪਹਿਲਾਂ ਤਾਂ ਚੱਲਦਾ ਚੱਲਦਾ ਹੀ ਡਿੱਗ ਜਾਂਦਾ ਸੀ ਹੁਣ ਤਾਂ ਭੱਜ ਵੀ ਲੰਦਾ ਤੁਸੀਂ ਵੀਡੀਓ ਚ ਦੇਖਿਆ ਵੀ ਹਾਂ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਫਰਕ ਆ ਇਹਦੇ ਬੱਚੇ ਜਿਸ ਦਿਨ ਦਾ ਗਰਾਊਂਡ ਆਉਣ ਲੱਗਿਆ ਤਾਂ ਆਪਣੇ ਪਿੰਡਾਂ ਦੇ ਵਿੱਚ ਬੱਚੇ ਅਕਸਰ ਦੇਖਦੇ ਆ ਆਪਣੇ ਘਰਾਂ ਦੇ ਵਿੱਚ ਵੀ ਨੇ ਮੰਨ ਲਓ ਫੋਨਾਂ ਤੇ ਲੱਗੇ ਰਹਿੰਦੇ ਨੇ ਗੇਮਾਂ ਖੇਡਣ ਜਾਂ ਇਹਨਾਂ ਨੂੰ ਫਿਰ ਮੋਟੀਵੇਟ ਕਿਵੇਂ ਕੀਤਾ ਜੇ ਮੰਨ ਲਓ ਇੰਨੇ ਸਾਰੇ ਬੱਚੇ ਪਿੰਡ ਦੇ ਮੈਨੂੰ ਲੱਗਦਾ ਥੋੜੇ ਆਉਂਦੇ ਨੇ ਇੱਥੇ ਇਹ ਬਾਈ ਮੈਨੂੰ ਦੇਖ ਕੇ ਹੀ ਮੋਟੀਵੇਸ਼ਨ ਇਹਨਾਂ ਨੂੰ ਮਿਲੀ ਆ ਵੀ ਚਲੋ ਮਹਾਰਾਜ ਨੇ ਆਪਣੇ ਚ ਕੋਈ ਚੰਗਾ ਮਾੜਾ ਗੁਣ ਇਹਨਾਂ ਨੂੰ ਦੇਖਿਆ ਹੋਊਗਾ ਉਹਨੂੰ ਦੇਖ ਕੇ ਮੰਨ ਲਓ ਇਹ ਮੈਨੂੰ ਦੇਖ ਕੇ ਹੀ ਵੀ ਜਦੋਂ ਬਾਹਰ ਦੇਖਦੇ ਨੇ ਘਰੇ ਜਾ ਕੇ ਕੱਪ ਦੇਖਦੇ ਨੇ ਵੀ ਸਾਡੇ ਬਾਈ ਨੇ ਇੱਥੋਂ ਜਿੱਤਿਆ ਉੱਥੋਂ ਜਿੱਤਿਆ ਤਾਂ ਇਹਨਾਂ ਦੇ ਦਿਲ 'ਚ ਵੀ ਤਮੰਨਾ ਹੁੰਦੀ ਆ ਵੀ ਹਾਂ ਅਸੀਂ ਵੀ ਬਾਹਰ ਜਾ ਕੇ ਖੇਡੀਏ ਜਿੱਤੀਏ ਵੀ ਸਾਡ ਨੂੰ ਵੀ ਬੰਦਾ ਕਹੇ ਵੀ ਹਾਂ ਅਸੀਂ ਪਲੇਅਰ ਆ ਅੱਛਾ ਹਾਂਜੀ ਬਾਈ ਇੱਥੇ ਜਿਵੇਂ ਮੰਨ ਲਓ ਹੁਣ ਅੱਗੇ ਆਪਾਂ ਸਕੂਲਾਂ ਦੇ ਵਿੱਚ ਜਾਂਦੇ ਹੁੰਦੇ ਸੀ ਜਾਂ ਪਿੰਡਾਂ ਦੇ ਵਿੱਚ ਦੇਖਦੇ ਹੁੰਦੇ ਸੀ ਜਿਵੇਂ ਮੰਨ ਲਓ ਅਸੀਂ ਵੀ ਖੇਡਦੇ ਰਹੇ ਹਾਂ ਜਦੋਂ ਖੇਡਦੇ ਰਹੇ ਹਾਂ ਕੋਚ ਮੰਨ ਲਓ ਕਲਾਸਾਂ ਵੀ ਲਾਉਂਦੇ ਹੁੰਦੇ ਸੀ ਸਮਝਾਉਂਦੇ ਵੀ ਹੁੰਦੇ ਬੱਚਿਆਂ ਨੂੰ ਸਮਝਾਉਣੇ ਹੁੰਦੇ ਉਹਨਾਂ ਨੂੰ ਲਾਉਣੀਓ ਕਲਾਸ ਡੇਲੀ ਹਾਂਜੀ ਬਾਈ ਡੇਲੀ ਤਕਰੀਬ ਮੈਂ ਕਦੇ ਵੀ ਮੈਨੂੰ ਨਹੀਂ ਲੱਗਦਾ ਵੀ ਮੈਂ ਇੱਕ ਵੀ ਦਿਨ ਗਰਾਊਂਡ 'ਚ ਛੁੱਟੀ ਕੀਤੀ ਹੋਊਗੀ। ਅੱਛਾ। ਤਿੰਨ ਸਾਲ ਮੈਂ ਛਾਲ-ਛਾਲ ਜਿੱਦਾਂ ਸਰਦੀਆਂ ਦਾ ਮੌਸਮ ਹੁੰਦਾ ਉਦੋਂ ਦੋ ਟਾਈਮ ਇਹਨਾਂ ਨੂੰ ਐਕਸਰਸਾਈਜ਼, ਸਵੇਰ 4 ਵਜੇ, ਸ਼ਾਮੀ 5 ਵਜੇ। ਗਰਮੀਆਂ ਦੇ ਦਿਨਾਂ 'ਚ ਇੱਕ ਦਿਨ ਕਰ ਦੰਨੇ ਕਿਉਂਕਿ ਬੱਚੇ ਨੂੰ ਰਿਕਵਰੀ ਵੀ ਚਾਹੀਦੀ ਆ। ਜੇ ਬੱਚਾ ਰਿਕਵਰੀ ਕਰੂਗਾ ਤਾਂ ਹੀ ਖੇਡੂਗਾ ਈ। ਫੇਰ ਖਰਾਕ ਵੀ ਨਹੀਂ ਗਰਮੀਆਂ 'ਚ ਤੁਹਾਨੂੰ ਪਤਾ ਬੱਚਾ ਢੱਲਾ ਵੀ ਹੋ ਜਾਂਦਾ ਗਰਮੀ ਪੈ ਜਾਂਦੀ ਆ। ਉਹ ਚੀਜ਼ ਕਰਨ ਗਰਮੀਆਂ ਦੇ ਟਾਈਮ ਦਿਨਾਂ 'ਚ ਆਪਾਂ ਇੱਕ ਟਾਈਮ ਗਰਾਊਂਡ ਤੇ ਸਰਦੀਆਂ ਦੇ ਦਿਨਾਂ 'ਚ ਦੋ ਟਾਈਮ ਗਰਾਊਂਡ ਪੱਕਾ ਆਪਾਂ ਨੇ ਪੱਕਾ ਹੀ ਪਰਮਾਤਮਾ ਨਾਲੇ ਵਾਦਾ ਕਰਤਾ ਵੀ ਜਿੰਨਾ ਟਾਈਮ ਲਿਜਾਉਨੇ ਆ ਬੱਚੇ ਪਲੇਅਰ ਪੈਦਾ ਕਰਦੇ ਹੀ ਰਾਂਗੇ ਪਿੰਡ ਦੀ ਟੀਮ ਪੈਦਾ ਕਰਨੀ ਉਹ ਕਰਨੀ ਆ ਆਪਣੀ ਹਾਂਜੀ ਹਾਂਜੀ ਹੁਣ ਦੇ ਆਪਣੇ ਵਧੀਆ ਟੀਮ ਹੈ ਜੀ ਚਲੋ ਬਾਹਰ ਪਿਛਲੇ ਸਾਲ ਵੀ 60 65 ਕੱਪ ਜਿੱਤੀ ਆ ਐਤਕੀ ਵੀ ਚਾਰ ਟੂਰਨਾਮੈਂਟ ਖੇਡੀ ਆ ਚਾਰ ਦੇ ਚਾਰ ਹੀ ਜਿੱਤੀ ਆ ਅੱਛਾ ਕਿੰਨੇ ਕਿਲੋ ਦੇ ਵਿੱਚ ਖੇਡਦੇ ਨੇ ਬੱਚੇ ਇਹ ਇਹ 32 ਤੋਂ ਲੈ ਕੇ 47 ਕਿਲੋ ਤੱਕ ਦੀ ਆਪਾਂ ਟੀਮ ਤਿਆਰ ਕਰ ਚੁੱਕੇ ਆ ਅੱਛਾ ਹਾਂਜੀ 32 ਕਿਲੋ ਤੋਂ ਲੈ ਕੇ 47 ਕਿਲੋ ਤੱਕ ਟੀਮ ਤਿਆਰ ਕਰਤੀ ਪਿਛਲੇ ਸਾਲ 65 60 ਤੋਂ 65 ਮੈਚ ਜਿੱਤ ਚੁੱਕੇ ਨੇ ਹਾਂਜੀ 65 ਤੋਂ ਪਲੱਸ ਕੱਪੇ ਹੋਣਗੇ ਜਿਹੜੇ ਬੱਚਿਆਂ ਨੇ ਜਿੱਤੇ ਨੇ ਅੱਛਾ ਤਕਰੀਬਨ ਕੱਲੇ ਕੱਲੇ ਬੱਚੇ ਦੇ ਘਰੇ 10 10 15 15 ਟਰਾਫੀਆਂ ਇੱਕ ਸਾਲ ਦੇ ਵਿੱਚ ਆ ਚੁੱਕੀਆਂ ਨੇ ਅੱਛਾ ਹਾਂਜੀ ਮਤਲਬ ਕੋਈ ਇਹ ਆਪਣੇ ਬਿਹਾਵਤੀ ਕਰ ਲੇਓ ਕਰ ਰਹੇ ਹਾਂ ਜਮ ਕੋਈ ਮਤਲਬ ਸਰਕਾਰੀ ਸਹਾਇਤਾ ਮਿਲਦੀ ਹੈ ਜਾਂ ਕੁਝ ਹੈ ਇਦਾਂ ਨਹੀਂ ਕੋਈ ਸਹਾਇਤਾ ਨਹੀਂ ਗਈ ਸਾਰਾ ਖਰਚਾ ਵੀ ਪੱਲੀ ਕਰਦੇ ਆ ਅੱਛਾ ਜਾਣੇ ਵੀ ਮੰਨ ਕੇ ਚੱਲੋ ਰਿਸਕ ਲੈ ਕੇ ਹੀ ਜਾਂਦੇ ਆ ਸਾਧਨ ਵੀ ਨਹੀਂ ਹੁੰਦਾ ਕੁਝ ਕੁ ਬੱਚੇ ਬੱਸਾਂ 'ਚ ਭੇਜਣੇ ਪੈਂਦੇ ਨੇ ਉਹ ਵੀ ਤੁਹਾਨੂੰ ਪਤਾ ਰਿਸਕ ਆ ਹਨ ਜੀ ਕਿਸੇ ਦਾ ਤੀ ਪੁੱਤ ਆਪਾਂ ਲੈ ਕੇ ਜਾਣਾ ਘਰੋ ਜ਼ਿੰਮੇਵਾਰੀ ਤੇ ਭੇਜਦਾ ਗਲਾ ਹਾਂ ਕੁਸ ਕੁ ਸਾਧਨਾ ਤੇ ਲੈ ਕੇ ਜਾਨੇ ਆ ਹੁਣ ਤੁਹਾਨੂੰ ਪਤਾ ਰੋਡਾਂ ਤੇ ਜੀ 5 5 4 4 ਜਾਨੇ ਆ ਉਹਦਾ ਤਾਂ ਵੀ ਔਖਾ ਹੋ ਜਾਂਦਾ ਵੀ ਇਦਾਂ ਬੱਚੇ ਲੈ ਜਾਣੇ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਆ ਆਪਾਂ ਜੇ ਮੈਨੂੰ ਦੂਰ ਲੈ ਕੇ ਜਾਣਾ ਬੱਚਿਆਂ ਨੂੰ 50 ਕਿਲੋਮੀਟਰ 60 ਕਿਲੋਮੀਟਰ ਦੂਰ ਲੈ ਕੇ ਜਾਣਾ ਫਿਰ ਉਹਦੇ ਵਾਸਤੇ ਕਿਵੇਂ ਲੈ ਕੇ ਜਾਨੇ ਫਿਰ ਮੋਟਰਸਾਈਕਲਾਂ ਦੀ ਲੈ ਕੇ ਜਾਨੇ ਚਾਰ 4 5 5 ਜਾਨੇ ਬੈਠ ਕੇ ਜਾਨੇ ਜੀ ਅੱਛਾ ਹਾਂਜੀ ਵੋ ਬੜਾ ਰਿਸਕ ਲੈਣਾ ਪੈਂਦਾ ਤੁਹਾਨੂੰ ਪਤਾ ਜੀ ਆਪੇ ਜਾਨੀ ਕਿ ਕਬੱਡੀ ਨਾਲ ਇਸ਼ਕ ਕਰਦੇ ਹੋ ਮੈਂ ਇੰਨਾ ਵੀ ਇਹਨਾਂ ਨੂੰ ਲੈ ਜਾਂਦੇ ਹਾਂ ਹਾਂਜੀ ਆਪਾਂ ਇਹਨਾਂ ਨੂੰ ਬਸ ਸਮਝ ਲਓ ਜੀ ਆਪਾਂ ਘਰ ਨਹੀਂ ਦੇਖਦੇ ਵਾਰ ਨਹੀਂ ਦੇਦੇ ਬਸ ਜਦੋਂ ਬੱਚੇ ਆਗੇ ਦਰ ਤੇ ਆਪਾਂ ਖੇਡ ਕੇ ਇਹਨਾਂ ਨੂੰ ਟੂਰਨਾਮੈਂਟ ਤੇ ਲੈ ਆਏ ਨਾ ਬਸ ਵੀ ਚਲੋ ਬੱਚੇ ਥੋੜੇ ਹਾਜ਼ਰ ਜਵਾਬ ਵੀ ਬੜੇ ਨੇ ਮਾਲੂ ਹਰ ਇੱਕ ਗੱਲ ਦਾ ਜਵਾਬ ਟਾਈਮ ਤੇ ਹੀ ਦੇ ਦਿੰਦੇ ਨੇ ਹਾਂਜੀ ਬੱਚੇ ਆਪਣੇ ਸਾਰੇ ਵਧੀਆ ਨੇ ਜੀ ਖੇਡਣ ਪੱਖੋਂ ਵੀ ਵਧੀਆ ਨੇ ਮਾਨਸਿਕ ਤੌਰ ਤੇ ਵੀ ਵਧੀਆ ਨੇ ਬੱਚੇ ਕੱਚੀ ਮਿੱਟੀ ਦੀ ਤਰ੍ਹਾਂ ਹੁੰਦੇ ਨੇ ਵੀ ਇਹਨਾਂ ਜਿੱਦ ਨੂੰ ਮੋੜ ਲਓ ਇਹਨਾਂ ਨੇ ਉਦੋਂ ਨੂੰ ਮੁੜ ਜਾਣਾ ਆਪਣਾ ਟ ਤੇ ਗਲਤ ਕੰਮਾਂ ਤੋਂ ਵੀ ਬਚਾ ਕੇ ਰੱਖੀਏ ਵੀ ਆਪਾਂ ਇਹਨਾਂ ਨੂੰ ਬਹੁਤ ਜ਼ਿਆਦਾ ਮੋਟੀਵੇਸ਼ਨ ਕਰਦੇ ਆ ਵੀ ਨਹੀਂ ਇੱਥੋਂ ਵੀ ਤੁਸੀਂ ਬਚਣਾ ਉੱਥੋਂ ਵੀ ਬਚਣਾ ਤੇ ਹਰ ਇੱਕ ਗੱਲ ਦਾ ਗਿਆਨ ਦਿੰਨੇ ਆ ਇਹਨਾਂ ਨੂੰ ਕੁਝ ਬੱਚੇ ਇਦਾਂ ਦੇ ਵੀ ਨੇ ਜਿਨ੍ਹਾਂ ਦੇ ਪੇਰੈਂਟਸ ਨਹੀਂ ਹੈਗੇ ਤੁਸੀਂ ਆਪਣੇ ਪੱਲਿਓ ਕਿੰਨੇ ਬੱਚਿਆਂ ਦਾ ਤੁਸੀਂ ਖਰਚ ਆਪਣੇ ਪੱਲਿਓ ਕਰ ਰਹੇ ਹੋ ਹੁਣ ਤੱਕ ਜੇ ਦੱਸਿਆ ਜਾਵੇ ਤਾਂ 20+ ਬੱਚਿਆਂ ਦਾ ਖਰਚਾ ਕਰ ਚੁੱਕੇ ਆ ਅੱਛਾ ਮੰਨ ਲਓ ਕੁਝ ਆ ਵੀ ਗਏ ਕੁਝ ਨਵੇਂ ਵੀ ਆਈ ਜਾਂਦੇ ਨੇ ਵੀ ਆਪਣਾ ਤਾਂ ਚਲੋ ਇਹੀ ਆ ਹਨਾ ਵੀ ਚਲੋ ਆਪਾਂ ਤਾਂ ਕੌਣ ਉਹਨੇ ਦੇਣੇ ਆਲਾ ਪ੍ਰਮਾਤਮਾ ਹੈ ਵੀ ਬੱਚਿਆਂ ਦਾ ਚਲੋ ਇਹ ਆ ਵੀ ਜਦੋਂ ਬੱਚਾ ਆਪਣੇ ਨਾਲ ਇਹ ਜਿਆ ਬੱਚਾ ਜੁੜਦਾ ਇੱਕ ਤਾਂ ਉਹਨੂੰ ਮੰਨ ਕੇ ਚਲੋ ਵੀ ਇੱਕ ਹੌਸਲਾ ਮਿਲ ਜਾਂਦਾ ਵੀ ਮੈਨੂੰ ਪਿੱਛੋਂ ਕੋਈ ਟਾਰਗੇਟ ਕਰਨੇ ਵਾਲਾ ਹੈਗਾ ਜੇ ਹੁਣ ਇਦਾਂ ਦਾ ਹੀ ਬੱਚਾ ਮੰਨ ਲਓ ਜਿਹਨੂੰ ਘਰੋਂ ਵੀ ਨਹੀਂ ਖਰਾਕ ਹਰ ਘਰ ਦਾ ਵੀ ਨਹੀਂ ਕੋਈ ਉਹਦਾ ਹੈਗਾ ਇਹ ਜਿਆ ਬੱਚਾ ਗਲਤ ਲਾਈਨ ਤੇ ਤੁਰ ਪਵੇ ਫਿਰ ਉਹਨੂੰ ਮੁੜਨਾ ਔਖਾ ਹੋ ਜਾਂਦਾ ਕਿੰਨਾ ਖਰਚਾ ਹੋ ਜਾਂਦਾ ਮਹੀਨੇ ਦਾ ਜਿਵੇਂ ਪੁੱਛੋ ਜੇ ਮੰਨ ਲਓ ਬੱਚੇ ਚਲੋ ਜਿੰਨਾ ਆਪਾਂ ਹੀ 5-7000 ਰੁਪਏ ਜਿੰਨਾ ਵੀ ਆਪਣੇ ਤੋਂ ਹੁੰਦਾ ਘੱਟ ਤੋਂ ਘੱਟ ਕਿਉਂਕਿ ਆਪਾਂ ਵੀ ਚਲੋ ਹਨਾ ਤੁਹਾਨੂੰ ਪਤਾ ਹੈ ਪਰਿਵਾਰ ਪਰਿਵਾਰ ਚੋਂ ਇਹ ਪਰ ਜਿੰਨਾ ਕ ਆਪਣੇ ਤੋਂ ਹੁੰਦਾ ਵੱਧ ਤੋਂ ਵੱਧ ਬੱਚਿਆਂ ਦਾ ਕਰਦੇ ਆ ਜੀ। ਸਹੀ ਹੈ। ਤਾਂ ਬੱਚਿਆਂ ਨਾਲ ਵੀ ਗੱਲ ਕਰ ਲਈਏ ਤੁਹਾਡਿਆਂ ਨਾਲ। ਤਾਂ ਬੱਚੇ ਕਿੰਨੀ ਉਮਰ ਆ ਤੁਹਾਡੀ? 13 ਸਾਲ। 13 ਸਾਲ ਉਮਰ ਆ। ਇੱਥੇ ਆਉਨੇ ਹੋ ਦਿੱਲੀ ਆਉਨੇ ਹੋ ਫਿਰ ਇੱਥੇ? ਹਾਂ। ਅੱਛਾ ਖੇਡਦੇ ਹੋ? ਹਾਂ ਜੀ। ਕੀ ਕੀ ਕਰਾਉਂਦਾ ਹੁੰਦਾ ਵੀਰਾ ਫਿਰ ਤੁਹਾਨੂੰ? ਐਕਸਰਸਾਈਜ਼ ਆ, ਟਿੰਗੀਆਂ ਗੱਲਾਸ ਖੋਲਦਾ ਏ। ਹਾਂ। ਐਕਸਰਸਾਈਜ਼ ਕਰਾਉਂਦਾ ਲੈਸ਼ੇ ਨਾਲੇ ਗੋਲੀ ਖੜਦਾ। ਹਾਂ। ਅੱਛਾ ਵੀਰਾ ਦੱਸਦਾ ਹੁੰਦਾ ਵੀ ਨਸ਼ੇ ਵਾਲਾ ਗੋਲੀ ਕਰਦਾ? ਹਾਂ। ਡੰਡ ਵੀ ਲਵਾਉਂਦਾ ਹੁੰਦਾ ਫਿਰ? ਹਾਂ। ਡੰਡ ਲਾ ਕੇ ਦਿਖਾਉਂਗੇ ਫਿਰ ਸਾਨੂੰ। ਤਾ ਇਹ ਬੱਚਾ ਇਹਨੂੰ ਪੋਲੀ ਹੋਈ ਹਾਂਜੀ ਹਾਂਜੀ ਇਹ ਬੱਚਾ ਜੀ ਥੋੜਾ ਜਿਆ ਹੁਣ ਵੀ ਚਲੋ ਬੱਚਾ ਇਹ ਵਿੱਚ ਇੱਕ ਵੀ ਡੰਡ ਨਹੀਂ ਸੀ ਲਾਉਂਦਾ ਅੱਛਾ ਇੱਕ ਵੀ ਮੰਨ ਲਓ ਹੁਣ ਦੀ ਘੜੀ ਚਲੋ ਪ੍ਰਮਾਤਮਾ ਦੀ ਕਿਰਪਾਈ ਵੀ ਬੱਚਾ ਮੋੜ ਰਿਹਾ ਉਹ ਪਾਸਿਓਂ ਬਾਕੀ ਜਿੰਨੀ ਥੋੜੀ ਤੋਂ ਥੋੜੀ ਹੋ ਸਕਦੀ ਐ ਇਹਨੂੰ ਖਰਾਕ ਵੀ ਦਿੰਨੇ ਆ ਵੀ ਪਰ ਬੱਚਾ ਬਹੁਤ ਚੰਗਾ ਚੱਲ ਰਿਹਾ ਚਲੋ ਪ੍ਰਮਾਤਮਾ ਮਿਹਰ ਕਰੂਗਾ ਵੀ ਕਿਸੇ ਟਾਈਮ ਇਹ ਵੀ ਗਰਾਊਂਡਾਂ ਦਾ ਸ਼ਿੰਗਾਰ ਬਣੂਗਾ ਤੁਸੀਂ ਕਿਹੜੀ ਕਲਾਸ ਚੋਂ ਹੋਗੇ ਅਸੀਂ 5ਵੀਂ ਵਿੱਚ ਆਈ 5ਵੀਂ ਕਲਾਸ ਚ ਹਾਂ ਜੀ ਖੇਡ ਕਿੰਨੇ ਕਿਲੋ ਚ ਖੇਡਦੇ ਹੋ ਅਸੀਂ 32 ਤੋਂ ਲੈ ਕੇ 47 ਤੱਕ ਖੇਡ ਲੈਂਦੇ ਹਾਂ ਅੱਛਾ 32 ਚ ਵੀ ਖੇਡ ਲੈਂਦਾ 47 ਚ ਵੀ ਖੇਡ ਲੈਂਦਾ ਹਾਂ ਜੀ ਕਿੰਨੇ ਮੈਚ ਜਿੱਤਲੇ ਫਿਰ ਪਿਛਲੀ ਵਾਰ ਪਿਛਲੀ ਵਾਰ ਅਸੀਂ 66 ਟੂਰਨਾਮੈਂਟ ਖੇਡ ਲਿਆ ਜਿੱਤਿਆ ਫਿਰ ਹਾਂ ਜੀ 66 ਜਿੱਤਿਆ ਜੀ ਅੱਛਾ ਕੌਡੀਆਂ ਪਾਉਣਾ ਕਿ ਜੱਫੇ ਲਾਉਣਾ ਮੈਂ ਜੱਫੇ ਲਾਉਣਾ ਜੱਫੇ ਲਾਉਣਾ ਹੈ ਹਾਂ ਜੀ ਜੱਫਾ ਲਾ ਕੇ ਫਿਰ ਕੋਈ ਥਾਪੀ ਥੂਪੀ ਮਾਰਦਾ ਹੁੰਦਾ ਨਾ ਜੀ ਹਾਂ ਜੱਫਾ ਲਾ ਕੇ ਥਾਪੀ ਨਹੀਂ ਮਾਰਦਾ ਇਹ ਚਲੋ ਇਹਨਾਂ ਨੂੰ ਸਿਖਾਇਆ ਹੈ ਵੀ ਆਪਾਂ ਨੇ ਕਦੇ ਵੀ ਕਿਸੇ ਨੂੰ ਨੀਮਾ ਨਹੀਂ ਦਿਖਾਉਣਾ ਹਾਂ ਇਹ ਕੀ ਗੱਲ ਹੈ ਜਿਲਾ ਵੀ ਖੇਡਾ ਹੈ ਜੀ ਬੱਚੇ ਬੱਚੇ ਇਦਾਂ ਦਿਨ ਜਿਹੜੇ ਜਿਲਾ ਖੇਡ ਚੁੱਕੇ ਨੇ ਇਹਨਾਂ ਚ ਅੱਛਾ ਹਾਂਜੀ ਇਹ ਗੁਰੂ ਗੁਰੀ ਕੋਲੇ ਐਕਸਰਸਾਈਜ਼ ਕਰਕੇ ਸਾਰਾ ਕੁਝ ਇਹਨਾਂ ਦੇ ਇਹਨਾਂ ਦੇ ਬਤੌਲ ਤੇ ਖੇਡੇ ਨੇ ਜੀ ਅੱਛਾ ਤੁਸੀਂ ਵੀ ਐਸੇ ਪਿੰਡ ਦੇ ਹੋ ਹਾਂਜੀ ਅਸੀਂ ਐਸੇ ਪਿੰਡ ਦੇ ਤਾਂ ਤੂੰ ਬੱਚੇ ਕਿਹੜੀ ਕਲਾਸ ਚ ਹੈ 6ਵੀਂ ਚ ਜੀ 6ਵੀਂ ਕਲਾਸ ਹਾਂਜੀ ਖੇਡਦਾ ਫਿਰ ਪੂਰਾ ਹੁਣ ਹਾਂਜੀ ਕਿੰਨਾ ਸਮਾਂ ਹੋ ਗਿਆ ਗੁਰੀ ਕੋਲੋਂ ਦੇ ਤਿੰਨੇ ਸਾਲ ਹੋ ਗਏ ਜੀ ਤੀਜੇ ਸਾਲ ਚੱਲਦਾ ਹੈ ਅੱਛਾ ਹਾਂ ਤਿੰਨ ਸਾਲ ਹੋ ਗਏ ਲਗਾਤਾਰ ਖੇਡਣਾ ਉਹ ਹਾਂ ਜੀ ਕੀ ਕੌਡੀਆਂ ਪਾਉਣਾ ਹੈ ਜਾਂ ਜੱਫੇ ਲਾਉਣਾ ਹੈ ਕੌਡੀਆਂ ਲਾਉਣਾ ਨਹੀਂ ਕੌਡੀਆਂ ਪਾਉਣੀਆਂ ਹਾਂ ਜੀ ਠੀਕ ਹੈ ਕੌਡੀਆਂ ਫੇ ਪਾ ਕੇ ਦਿਖਾ ਕਰ ਜੱਫੇ ਦੇਖੜਾ ਦਿ ਜੀ ਬਾਦ ਨਹੀਂ ਠੀਕ ਹੈ ਤਾਂ ਇਧਰ ਇਸੇ ਤਰੀਕੇ ਦੇ ਨਾਲ ਸਟੇਟ ਲੈਵਲ ਵੀ ਖੇਡ ਚੁੱਕੇ ਨੇ ਬਾਈ ਸਟੇਟ ਲੈਵਲ ਬੱਚੇ ਆਪਣੇ ਪੂਰਾ ਵਧੀਆ ਪ੍ਰਦਰਸ਼ਨ ਕਰੇ ਜੀ ਬੱਚਿਆਂ ਨੇ ਜ਼ੋਨ ਚੋਂ ਵੀ ਫਾਸਟ ਜ਼ਿਲ੍ਹੇ ਚੋਂ ਵੀ ਫਾਸਟ ਸਟੇਟ ਚੋਂ ਵੀ ਹਾਂ ਜੀ ਵਧੀਆ ਪੂਰਾ ਹਨ ਸਕੂਲਾਂ ਦੇ ਵੱਲੋਂ ਵੀ ਖੇਡ ਰਹੇ ਨੇ ਤੁਹਾਡੇ ਹਾਂਜੀ ਹੁਣ ਤਾਂ ਚਲੋ ਬੱਚਿਆਂ ਨੂੰ ਮਾੜਾ ਮੋਟਾ ਮੰਨ ਕੇ ਚਲੋ ਜੀ ਤੁਹਾਨੂੰ ਵੀ ਪਤਾ ਵੀ ਮਾੜੀ ਮੋਟੀ ਹੈਲਪ ਹੁੰਣ ਬੱਚਿਆਂ ਨੂੰ ਮਾੜੀ ਮੋਟੀ ਮੰਨ ਲਓ 100 ਚੋਂ 5% ਮਾੜਾ ਜਿਹਾ ਬੱਚਿਆਂ ਨੂੰ ਉਹ ਵੀ ਇੱਜ਼ਤ ਮਾਣ ਮਿਲਣ ਲੱਗਿਆ ਹੋਰ ਕੁਛ ਨਹੀਂ ਜੀ ਸਹੀ ਹੈ ਇੱਜ਼ਤ ਮਾਣ ਇਹ ਬੱਚਿਆਂ ਨੂੰ ਮਾੜਾ ਮੋਟਾ ਮਿਲਣ ਲੱਗਿਆ ਹੋਰ ਮੰਨ ਕੇ ਚਲੋ ਕਿਸੇ ਤਰ੍ਹਾਂ ਦੀ ਕੋਈ ਸੈਤਾਨੀ ਨਹੀਂ ਹਾਂਜੀ ਸਹੀ ਹੈ ਤਾਂ ਤੁਸੀਂ ਵੀ ਬਈ ਇਸੇ ਪਿੰਡ ਦੇ ਹੋਂਦ ਤੁਸੀਂ ਵੀ ਤਾਂ ਮਤਲਬ ਕੋਸਲਾ ਸੀਗਾ ਇੱਥੇ ਰਹਿਣ ਲੱਗ ਗਏ ਹੁਣ ਗੁਰੀ ਬਾਈ ਇੱਥੇ ਬੱਚਿਆਂ ਨੂੰ ਮਤਲਬ ਇਹ ਉਪਰਾਲਾ ਕਰ ਰਿਹਾ ਕਿਵੇਂ ਲੱਗ ਰਿਹਾ ਮਤਲਬ ਪਿੰਡ ਦੇ ਬੱਚਿਆਂ ਦੀ ਟੀ ਆਲੇ-ਦਾਲੇ ਪਿੰਡਾਂ ਦੇ ਵਿੱਚ ਨੌ ਗੁੰਝ ਦਾ ਹੋ ਤੁਸੀਂ ਵੀ ਕਬੱਡੀ ਖੇਡਦੇ ਰਹੇ ਹੋ ਹਾਂਜੀ ਹੂੰ ਬਹੁਤ ਹੀ ਵਧੀਆ ਲੱਗ ਰਹੀ ਹੈ ਉਪਰਾਲਾ ਹੂੰ ਆਲੇ-ਦਾਲੇ ਕਿਸੇ ਵੀ ਪਿੰਡ 'ਚ ਕੋਈ ਟੀਮ ਨਹੀਂ ਹੋਣੀ ਹਾਂ ਨਾਈਨਏ ਪਲੇਅਰ ਹੋਣੇ ਨੇ ਹਾਂਜੀ ਸਹੀ ਤੁਸੀਂ ਕਬੱਡੀ ਖੇਡਦੇ ਰਹੇ ਹੋ ਪਹਿਲਾਂ ਖੇਡੇ ਆਪਣੇ ਸਮੇਂ ਵਾਲਾ ਫਿਰ ਚੇਤੇ ਆਉਂਦਾ ਨਾ ਬੱਚਿਆਂ ਦੇ ਆਉਂਦਾ ਹੀ ਆਉਂਦਾ ਕੀੜਾ ਲੜਦਾ ਹੀ ਹੁਣ ਮਾਰਨੇ ਜੋ ਕੇ ਹੈ ਨਹੀਂ ਜੀ ਹਾਂਜੀ ਅੱਛਾ ਵੇਹ ਚੇਤੇ ਆਉਂਦਾ ਵੀ ਇਹਨਾਂ ਨੂੰ ਖੇਡਣ ਨੂੰ ਮਨ ਬਹੁਤ ਕਰਦਾ ਜੀ ਮੇਰੇ ਆਪ ਦੇ ਬੱਚੇ ਨੇ ਦੋ ਮੈਂ ਉਹਨਾਂ ਨੂੰ ਜ਼ਰੂਰ ਖੜਾਉਂਗਾ ਜੀ ਅੱਛਾ ਹਾਂ ਜੀ ਹਾਂ ਤੁਸੀਂ ਉੱਥੇ ਖੜੇ ਗੱਲਾਂ ਕਰ ਰਹੇ ਸੀ ਵੀ ਬੱਚੇ ਪੜ੍ਹਨ ਚਾਹੀਏ ਘੱਟ ਪਰ ਮੈਂ ਖਿਡਾਰੀ ਜ਼ਰੂਰ ਬਣ ਖਿਡਾਰੀ ਜ਼ਰੂਰ ਟੌਪ ਤੇ ਹੀ ਲੈ ਕੇ ਜਾਣੇ ਨੇ ਜੀ ਹਾਂ ਜੀ ਤੁਸੀਂ ਖੇਡਦੇ ਰਹੇ ਹੋ ਮਨੋ ਕਿਹਨਾਂ ਨਾਲ ਖੇਡਦੇ ਰਹੇ ਹੋ ਉਸ ਟਾਈਮ ਦੇ ਵਿੱਚ ਉਸ ਟਾਈਮ 'ਚ ਹੀਰਾ ਹੁੰਦਾ ਸੀਗਾ ਰਜੂਲ ਵਾਲਾ ਜੀ ਭਜਨ ਹੁੰਦਾ ਸੀ ਗੜਾਣੇ ਵਾਲਾ ਡਾਂਕਾ ਹੁੰਦਾ ਸੀ ਖਮਾਣੋ ਤੋਂ ਜੀ ਮੰਨਾ ਹੁੰਦਾ ਸੀ ਗੋਸਲਾਂ ਦਾ ਨੀਸ਼ੀ ਬਰਵਾਲੀ ਦਾ ਮਾਸਟਰ ਸਰਬਰਪੁਰ ਬਿੰਦਰ ਬੂਥਕੜ ਹਾਂ ਜੀ ਇਹ ਸਾਰੇ ਹੁੰਦੇ ਸੀਗੇ ਮੰਨ ਲਓ ਇਹ ਕਾਫੀ ਨਾਮ ਸੁਨੇ ਵੀ ਨੇ ਆਪਾਂ ਨੇ ਦਾ ਪੂਰਾ ਤਗੜਾ ਪਲੇਅਰ ਰਿਹਾ ਜੀ ਅੱਛਾ ਹਾਂ ਜਿੰਨਾ ਟਾਈਮ ਬਾਈ ਖੇਡਿਆ ਜੀ ਸਾਰੇ ਪਲੇਅਰ ਟੋਟਲੀ ਜਿੰਨੇ ਰੇਡਰ ਵਧੀਆ ਨੇ ਜੀ ਫੜੇ ਨੇ ਬਾਈ ਨੇ ਤਾਂ ਤੁਸੀਂ ਬੱਚੇ ਕਿਹੜੀ ਕਲਾਸ ਚੋਂ ਦਸਵੀਂ ਚਾਈ 10ਵੀਂ ਕਲਾਸ ਹਾਂ ਜੀ ਬਿੱਲਾ ਯਾਰ ਤੂੰ ਤਾਂ ਬਿੱਲਾ ਬਿੱਲਾ ਕਹਿੰਦੇ ਹੋਣਗੇ ਗਰਾਊਂਡਾਂ ਦੇ ਹਾਂ ਜੀ ਹਾਂ ਅੱਛਾ ਬਾਹ ਟੁੱਟ ਗਈ ਸੀਗੀ ਥੋੜੀ ਇਹੀ ਬੱਚਾ ਸੀ ਨਾ ਜਿਹੜਾ ਤੁਸੀਂ ਕਹਿੰਦੇ ਸੀ ਵੀ ਕਰਦਿਆਂ ਨੂੰ ਕਹਿੰਦਾ ਸੀਗਾ ਵੀ ਮੈਂ ਨਹੀਂ ਇਹਦਾ ਕਿਹੜਾ ਛੱਡਣਾ ਹੈ ਹਾਂ ਜੀ ਬਾਹ ਟੁੱਟੀ ਸੀ ਯਾਰ ਕਰਦੇ ਕੀ ਕਹਿੰਦੇ ਕੰਨ ਤੇ ਵੀ ਹੁਣ ਨਹੀਂ ਖੇਡਾਉਣਾ ਕਬੱਡੀ ਵੀ ਚੱਟ ਵੇੜ ਵਾਜੇ ਬਾਹਾਂ ਟੁੱਟ ਗਈ ਦੀ ਵੀ ਬਾਹਾਂ ਚ ਕੱਜ ਪੈ ਗਿਆ ਅੱਛਾ ਵੀ ਹੁਣ ਨਹੀਂ ਖਲਾਇਆ ਕਰਨਾ ਹਾਂ ਮੈਂ ਕਿਹਾ ਵੀ ਮੈਂ ਬੀ ਕਾ ਕਬੱਡੀ ਦਾ ਮੈਂ ਖੇਡਣੀ ਉਹ ਖੇਡਨੀ ਆ ਤੱਕੋ ਸੋ ਜਵੇ ਕਬੱਡੀ ਨਹੀਂ ਮੈਂ ਛੱਡਦਾ ਤੇ ਮੈਨੂੰ ਆਪਣੇ ਉਸਤਾਦ ਤੇ ਪੂਰਾ ਮਾਣ ਆ ਵੀ ਮੈਨੂੰ ਸਰੇ ਤੱਕ ਲੈ ਕੇ ਜਾਊਗਾ ਅੱਛਾ ਹਾਂ ਪੂਰਾ ਮਾਣ ਹੈ ਗੁਰੀ ਤੂਰਾਂ ਵਾਲੇ ਤੇ ਹਾਂਜੀ ਕਿੰਨੇ ਟਾਈਮ ਚ ਫਿਰ ਬਾਹਾਂ ਲੋਟ ਹੋ ਗਈ ਸੀ ਹੋ ਗਈ ਸੀ 6 ਮਹੀਨੇ ਤੱਕ 6 ਮਹੀਨੇ ਚ ਹੋ ਗਈ ਸੀ ਹਾਂਜੀ 6 ਮਹੀਨੇ ਬਾਅਦ ਫੇਰ ਲੱਗ ਕੇ ਖੇਡਣ ਹਾਂਜੀ ਫੇਰ ਤੇ ਰੋਕਦੇ ਨਹੀਂ ਹੁਣ ਫਿਰ ਨਾ ਹੀ ਹੋਣੀ ਕੀ ਕਿਹਾ ਫਿਰ ਕਰਦਿਆਂ ਨੇ ਜਾ ਤਾਂ ਕਿਹਾ ਵੀ ਵੀ ਮੈਂ ਤਾਂ ਖੇਡਣਾ ਹੀ ਖੇਡਣਾ ਹੈ ਮੈਂ ਕਰਦੇ ਕਹਿੰਦੇ ਵੀ ਨਹੀਂ ਖੇਡਣਾ ਨਹੀਂਗਾ ਵੀ ਪੜ ਲਿਖ ਕੇ ਕੁਝ ਬਣਦਾ ਵੀ ਕੀ ਰੱਖਿਆ ਮੈਂ ਕਿਹਾ ਨਹੀਂ ਵੀ ਖੇਡਣਾ ਉਸਤਾਦ ਤੇ ਮੈਨੂੰ ਪੂਰਾ ਮਾਣਾ ਆਪਣੇ ਤੇ ਕਬੱਡੀ ਨਹੀਂ ਛੱਡ ਸਕਦਾ ਮੈਂ ਕਬੱਡੀ ਕੋਈ ਚੀਜ਼ ਤੁਹਾਨੂੰ ਮੋਟੀਵੇਟ ਕਰਦੀ ਹੁੰਦੀ ਆ ਕਿਹਨੂੰ ਦੇਖ ਕੇ ਕਬੱਡੀ ਦਾ ਲੱਗਦਾ ਹੁੰਦਾ ਵੀ ਇਹੋ ਜਿਹਾ ਪਲੇਅਰ ਬਣਦਾ ਮੈਂ ਮੈਂ ਅੱਜ ਕੱਲ ਕਬੱਡੀ ਵਿੱਚ ਇਨਾ ਇਨੇ ਨੇ ਨਾਮ ਬੋਲਦੇ ਨੇ ਉਸਤਾਦ ਨੂੰ ਦੇਖ ਕੇ ਉਦੋਂ ਕਿ ਸਾਨੂੰ ਉਹ ਹੋਇਆ ਬੀ ਦਾ ਵੀ ਪੂਰਾ ਨਾਮ ਹੁੰਦਾ ਸੀ ਉਸਤਾਦ ਦਾ ਵੀ ਪੂਰਾ ਨਾਮ ਹੁੰਦਾ ਸੀ ਉਸਤਾਦ ਦੇ ਕਈ ਚੇਲੇ ਵੀ ਨੇ ਅੱਛਾ ਸਿਸ ਉਸਤਾਦ ਕਰਕੇ ਜੀ ਕਿੱਡੇ ਲੱਗਿਆ ਜੀ ਅੱਛਾ ਉਸਤਾਦ ਨੂੰ ਦੇਖਣ ਦੇਖਣ ਲੱਗਿਆ ਸਾਰੇ ਯਾਨੀ ਕਿ ਇੱਕ ਚੀਜ਼ ਦੇਖੀ ਆ ਮੈਂ ਸਾਰਿਆਂ ਚ ਜੇ ਮੰਨ ਲਓ ਪਲੇਅਰਾਂ ਚ ਹੁੰਦਾ ਸਾਰਿਆਂ ਨੂੰ ਜੇ ਸਾਡੇ ਵੀ ਪੈਰੀ ਹੱਥ ਲਾਈਨੇ ਸਾਰੇ ਵੀ ਪੈਰੀ ਹੱਥ ਲਾਉਂਦੇ ਨੇ ਹਾਂ ਭਾਈ ਆਪਾਂ ਪਹਿਲਾਂ ਇਹਨਾਂ ਨੂੰ ਕਿਹਾ ਜੀ ਪਹਿਲਾਂ ਬੋਤ ਇੱਜ਼ਤ ਕਰਨੀ ਸਿੱਖੋ ਅੱਛਾ ਵੀ ਚਾਹੇ ਵੱਡਾ ਚਾਹੇ ਛੋਟਾ ਵੀ ਜਦੋਂ ਤੁਹਾਨੂੰ ਕੋਈ ਬਾਹਰੋਂ ਚੱਲ ਕੇ ਮਿਲਣ ਆਇਆ ਤਾਂ ਉਹਦੀ ਇੱਜ਼ਤ ਕਰੋ ਹੂੰ ਆਪਣੇ ਕੋਲ ਕੋਈ ਵੀ ਆਵੇ ਚਾਹੇ ਕੋਈ ਛੋਟਾ ਪਲੇਅਰ ਆਵੇ ਜਾਂ ਕੋਈ ਵੱਡਾ ਪਲੇਅਰ ਆਵੇ ਇਹਨਾਂ ਨੇ ਸਭ ਦਾ ਹੀ ਜਤਮਾਨ ਕਰਨਾ ਈ ਆ ਆਮ ਪਿੰਡਾਂ ਦੇ ਵਿੱਚ ਵੀ ਜਾਂ ਹੋਰ ਆਪਣੇ ਫੈਡਰੇਸ਼ਨਾਂ ਵੀ ਬੜੀਆਂ ਆਪਣੀਆਂ ਨੇ ਕਬੱਡੀ ਦੇ ਨਾਮ ਤੇ ਸਰਕਾਰਾਂ ਨੇ ਵੀ ਬੜੀਆਂ ਗੱਲਾਂ ਕਹੀਆਂ ਨੇ ਜਾਂ ਪਲੇਅਰ ਵੀ ਨੇ ਹੁਣ ਗਰਲਾਲ ਘਣੌਰ ਨੇ ਉਹ ਐਮਐਲਏ ਬਣ ਕੇ ਸਰਕਾਰ ਦੇ ਵਿੱਚ ਆ ਗਏ ਤਾਂ ਕੀ ਕਹਿਣਾ ਚਾਹੁੰਦੇ ਹਾਂ ਮਾਂ ਖੇਡ ਕਬੱਡੀ ਮੰਨ ਲਓ ਪਿੰਡਾਂ ਦੇ ਵਿੱਚੋਂ ਅਲੋਪ ਹੁੰਦੀ ਜਾ ਰਹੀ ਆ ਹਰੇਕ ਪਿੰਡ ਦੇ ਵਿੱਚ ਇਸੇ ਤਰੀਕੇ ਨਾਲ ਬੱਚੇ ਖੇਡਦੇ ਹੁੰਦੇ ਸੀ ਤਾਲੇਦਾਲ ਦੇ ਆਪਣੇ 50 ਪਿੰਡਾਂ ਦੇ ਵਿੱਚ ਸਿਰਫ ਥੋੜਾ ਪਿੰਡ ਆ ਜਿੱਥੇ ਬੱਚੇ ਖੇਡ ਰਹੇ ਨੇ ਬਾਈ ਹੁਣ ਦੇ ਟਾਈਮ 'ਚ ਮੰਨ ਲਓ ਜਿਹੜਾ ਤਗੜਾ ਪਲੇਅਰ ਆ ਉਹ ਤਗੜਾ ਹੋਈ ਜਾਂਦਾ ਜਿਹੜਾ ਮਾੜੇ ਘਰ ਦਾ ਪਲੇਅਰ ਉੱਠਦਾ ਉਹ ਮਾੜਾ ਹੋਈ ਜਾਂਦਾ ਮੰਨ ਲਓ ਜਿਹੜਾ ਤਗੜਾ ਉਹ ਤੁਹਾਨੂੰ ਪਤਾ ਵੀ ਤਗੜੇ ਦਾ ਹਰ ਇੱਕੇ ਬਾਲੀ ਆ ਤਗੜਾ ਹਰ ਇੱਕੇ ਕਹਿੰਦਾ ਵੀ ਹਾਂ ਇਹਨੂੰ ਸਾਡੇ 'ਚ ਖੜਿਆਓ ਉਹਨੂੰ ਖੜਿਆਓ ਚਾਹੇ ਉਹ ਮੰਨ ਕੇ ਚੱਲੋ ਗੇਮ ਕਣੀ ਉਹ ਮਾੜਾ ਹੀ ਆ ਜੇ ਉਹਦੀ ਸਪੋਰਟ ਚੰਗੀ ਆ ਤਾਂ ਮੰਨ ਕੇ ਚੱਲੋ ਉਹਨੂੰ ਚੰਗੀਆਂ ਫੰਡਰੇਸ਼ਨਾਂ ਵੀ ਚੱਕਣਗੀਆਂ ਤੇ ਚੰਗੇ ਬੰਦੇ ਵੀ ਚੱਕਣਗੇ ਪਲੇ ਆਪਣੇ ਘਰ ਦੇ ਵਿੱਚ ਹੀਰਾ ਮੰਨ ਲਓ ਚੰਗਾ ਪਲੇਅਰ ਆ ਉਹਨੂੰ ਨਾ ਤਾਂ ਕਿਸੇ ਫੰਡਰੇਸ਼ਨ ਨੇ ਚੱਕਣਾ ਨਾ ਕਿਸੇ ਲੋਕਾਂ ਨੇ ਚੱਕਣਾ ਸਭ ਇਹ ਕਹਿਣਗੇ ਵੀ ਹਾਂ ਇਹ ਥੱਲੇ ਰਹੇ ਜਿਹੜੇ ਚੰਗਾ ਪਲੇਅਰ ਆ ਉਹ ਚੰਗਾ ਹੋਈ ਜਾਂਦਾ ਮਾੜਾ ਪਲੇਅਰ ਥੱਲੇ ਦਬੀ ਜਾਂਦੇ ਨੇ ਜਿਹੜਾ ਅਸਲ 'ਚ ਮੰਨ ਕੇ ਚਲੋ ਜਿੰਨੇ ਵੀ ਪਲੇਅਰ ਉੱਠ ਰਹੇ ਨੇ ਗਰੀਬੀ ਦਾ ਇਹ ਜੋ ਵਧੀਆ ਪਲੇਅਰ ਉੱਠ ਰਹੇ ਨੇ ਵੀ ਬਸ ਉਹ ਕੀ ਦੇ ਚੀਜ਼ ਕਿਸ ਚੀਜ਼ ਕਾਰਨ ਮਰ ਜਾਂਦੇ ਨੇ ਜਾਂ ਖਰਾਕ ਕਣੀ ਹੋ ਜਾਂ ਸਪੋਰਟ ਕਣੀ ਹੋ ਇਹ ਦੋ ਚੀਜ਼ਾਂ ਮਾਰ ਦਿੰਦੀਆਂ ਨੇ ਪਲੇਅਰ ਨੂੰ ਜੀ ਸਹੀ ਹੈ ਬੱਬੂ ਭਾਈ ਆਜੋ ਤੁਸੀਂ ਵੀ ਅੱਗੇ ਨੂੰ ਆਜੋ ਤੁਸੀਂ ਪਿੱਛੇ ਨੂੰ ਜਾਈ ਜਾਨੇ ਹੋ ਆਜੋ ਆਜੋ ਤਾਂ ਕੀ ਕਹਿਣਾ ਚਾਹੁੰਦੇ ਹੋ ਜੇ ਮੰਨ ਲਓ ਛੋਟੇ ਏਰੀਆ ਦੇ ਵਿੱਚ ਹੀ ਆ ਬਾਈ ਗੁਰੀ ਇਸ ਤਰੀਕੇ ਦੇ ਨਾਲ ਉਪਰਾਲਾ ਕਰ ਰਿਹਾ ਕਿਸੇ ਪਿੰਡ ਦੇ ਵਿੱਚ ਦੇਖਣ ਨੂੰ ਨਹੀਂ ਮਿਲ ਰਿਹਾ ਆਲੇ-ਦਾਲੇ ਦੇਖ ਇਹ ਗੁਰੀ ਦਾ ਬਹੁਤ ਵਧੀਆ ਉਪਰਾਲਾ ਜੀ ਹਾਂ ਦੇਖੋ ਔਰ ਦੇਖੇ ਆਪਾਂ 50-60 ਬੱਚੇ ਨੇ 50-60 ਬੱਚੇ ਬਹੁਤ ਹੀ ਲਿਆਕਤ ਨਾਲ ਪੇਸ਼ ਆਏ ਆਪਣੇ ਨਾਲ ਜਦੋਂ ਆਪਾਂ ਆਏ ਜਦੋਂ ਆਪਾਂ ਆਏ ਆ ਮੰਨ ਲਓ ਪੈਰੀ ਹੱਥ ਇਕੱਲੇ-ਇਕੱਲੇ ਨੇ ਲਾਏ ਬਹੁਤ ਹੀ ਸਤਿਕਾਰ ਨਾਲ ਇਹਨਾਂ ਨੇ ਆਪਣਾ ਸਾਰਿਆਂ ਦਾ ਜੀ ਆਇਆਂ ਨੂੰ ਕੀਤਾ ਦੂਜੀ ਸਭ ਤੋਂ ਵਧੀਆ ਗੱਲ ਇਹ ਹੈ ਜੀ ਦੇਖੋ ਇਹ ਨਵੇਂ ਬੱਚੇ ਨੇ ਇਹਦੇ ਕਬੱਡੀ ਵੱਲ ਧਿਆਨ ਦੇਣਗੇ ਤੇ ਨਸ਼ੇ ਤੋਂ ਮੁਕਤ ਰਹਿਣਗੇ ਹਾਂ ਪਾਸਕੂ ਏਰੀਏ ਵੀ ਗੁਰੀ ਦਾ ਬਹੁਤ ਬਹੁਤ ਧੰਨਵਾਦ ਆ ਵੀ ਨਵੇਂ ਬੱਚਿਆਂ ਨੂੰ ਉਹਨਾਂ ਨੇ ਆਰੇ ਲਾਇਆ ਹੋਇਆ। ਸਹੀ ਹੈ। ਤਾਂ ਦੇਖ ਸਕਦੇ ਹੋ ਤੁਸੀਂ ਕਿਸ ਤਰੀਕੇ ਦੇ ਨਾਲ ਅਮਲੋਹ ਏਰੀਏ ਦਾ ਪਿੰਡ ਆ ਬਾਈ ਕਹਿਣਾ ਚਾਹੁੰਦੇ ਹੋ ਕੁਝ ਹੋਰ? ਹਾਂਜੀ ਬਾਈ ਇੱਕ ਆ ਬੱਚਾ ਆਪਣੇ ਕੋਲ। ਇਹ ਬੱਚਾ ਦੇਖ ਲਓ ਜੀ ਕੱਲਾ ਹੈ ਜਦੋਂ ਬੱਚੇ ਜੀ ਗਰਾਊਂਡ 'ਚ ਕੋਈ ਬੱਚਾ ਨਹੀਂ ਸੀ ਆਉਂਦਾ। ਹਾਂ। ਇਹ ਕੱਲਾ ਆਪਣੇ ਕੋਲ ਬੱਚਾ ਆਉਂਦਾ ਜੀ ਇਹਦਾ 2 ਕਿਲੋਮੀਟਰ ਤੇ ਪਿੰਡ ਆ ਬਦੀਨਪੁਰ। ਅੱਛਾ। ਇਹ ਉੱਥੋਂ ਕੱਲਾ ਚੱਲ ਕੇ ਆਉਂਦਾ ਸੀਗਾ ਕਿਸੇ ਨੇ ਇਹਨੂੰ ਕਹਿਤਾ ਵੀ ਤੂੰ ਉੱਥੇ ਵਗ ਜਾ ਕਰ ਤੂਰਾ ਗਰਾਊਂਡ 'ਚ। ਵੀ ਤੈਨੂੰ ਮਿਹਨਤ ਕਰਾ ਦਿਆ ਕਰੂ ਕੱਲੇ ਨੂੰ ਇਹ ਖੇਡਾਂ ਦੇ ਲੈ ਕੇ ਜਾਂਦੇ ਰਹੇ ਇਹ ਦੇਖ ਲੋ ਬੱਚੇ ਨੇ ਕਦੇ ਨਾ ਤਾਂ ਇਹ ਸਿਆਲ ਚ ਕਦੇ ਛੁੱਟੀ ਕੀਤੀ ਹੈ ਗਰਾਊਂਡ ਚ ਤੁਰ ਕੇ ਆਉਂਦਾ ਹੀ ਦੇਖ ਲੋ ਵੀ ਸੁੰਨ ਸਰਾ ਸਾਰਾ ਰਾਹ ਹਨਾ ਜੀ ਵੀ ਇਹ ਬੱਚਾ ਇਹ ਬੱਚਾ ਚਲੋ ਬਹੁਤ ਹੀ ਜ਼ਿਆਦਾ ਗਰੀਬੀ ਦੇ ਰੇ ਚੋਂ ਆ ਇਹ ਬੱਚਾ ਬਹੁਤ ਵਧੀਆ ਪਲੇਅਰ ਬਣਨੇ ਵਾਲਾ ਜੀ ਇਹਦਾ ਵੀ ਕੋਈ ਮੰਨ ਲਓ ਜੀ ਵਾਰੀ ਵਾਰਸ ਹੈ ਨਹੀਂ ਇਹ ਆਪਣੇ ਚਾਚਾ ਚਾਚੀ ਕੋਲ ਰਹਿੰਦਾ ਹਾਂ ਜੀ ਵੀ ਪਰ ਬਹੁਤ ਹੀ ਵਧੀਆ ਪਲੇਅਰ ਅੱਜ ਦੀ ਘੜੀ ਦਾ ਵੀ ਇਹੋ ਜਿਹੇ ਬੱਚਿਆਂ ਨੂੰ ਜੇ ਕੋਈ ਸਪੋਰਟ ਕਰੇ ਹਨਾ ਜੀ ਵੇ ਟਾਪ ਦੇ ਪਲੇਅਰ ਬਣਨੇ ਵਾਲੇ ਨੇ ਜੀ ਇਹ ਕਿ ਇਹ ਬੱਚਾ ਇੱਕ ਦੋ ਬੱਚੇ ਇੱਕ ਬੱਚਾ ਇਹ ਆ ਜੀ ਇਹ ਪੂਰੇ ਟਾਪ ਦੇ ਪਲੇਅਰ ਨਹੀਂ ਮੰਨ ਲਓ ਆਪਣੇ ਵਜਨ ਦੇ ਸਿਰਫ ਇੱਕ ਖਰਾਕ ਕਣੀਓ ਜਾਂ ਸਪੋਰਟ ਕਣੀਓ ਇਹ ਮੰਨ ਲਓ ਤੁਸੀਂ ਤਾਂ ਰਹਿ ਗਏ ਉਹ ਚੀਜ਼ਾਂ ਤੋਂ ਹੈਨਾ ਤੁਸੀਂ ਤਾਂ ਰਹਿ ਗਏ ਚਲੋ ਹੁਣ ਤੁਸੀਂ ਇਹ ਨਾਲ ਬਾਰੇ ਜ਼ਰੂਰ ਕਰ ਰਹੇ ਹੋ ਹੈਨਾ ਆਪਾਂ ਨੂੰ ਇਹ ਆ ਜੀ ਚਲੋ ਜਦੋਂ ਮੇਰੇ ਸ਼ੱਟ ਲੱਗੀ ਮੈਨੂੰ ਕਿਸੇ ਨੇ ਨਹੀਂ ਪੁੱਛਿਆ ਜੀ 2019 ਦੇ ਸ਼ੱਟ ਲੱਗੀ ਸੀ ਮੇਰੇ ਉਸ ਤੋਂ ਪਹਿਲਾਂ ਚਲੋ ਪ੍ਰਮਾਤਮਾ ਦੀ ਮਿਹਰ ਸੀਗੀ ਵਧੀਆ ਕੱਪ ਜਿੱਤਦੇ ਸੀਗੇ ਬੱਚਿਆਂ ਨੂੰ ਵੀ ਜਦੋਂ ਮੈਂ ਆਉਂਦਾ ਸੀ ਬੱਚਿਆਂ ਨੂੰ ਚਾਹ ਉਹ ਚੜ ਜਾਂਦਾ ਸੀ ਵੀ ਹਾਂ ਵੀ ਸਾਡਾ ਸਤਾਦ ਆ ਗਿਆ ਜਾਂ ਸਾਡਾ ਬਾਈ ਆ ਗਿਆ ਵੀ ਇਹ ਬੱਚਿਆਂ ਨੂੰ ਦੇ ਕੇ ਦੇ ਲੋ ਜੀ ਖੇਡਣ ਲੱਗੇ ਹੁਣ ਜਦੋਂ ਮੰਨ ਕੇ ਚੱਲੋ ਇਹ ਬੱਚਿਆਂ ਨਾਲ ਇਹ ਚੀਜ਼ ਬੀਤਦੀ ਆ ਤਾਂ ਆਪਣਾ ਅਤੀਤ ਹੀ ਦੀਂਦਾ ਉਹ ਚੀਜ਼ ਚ ਵੀ ਯਾਰ ਆਪਾਂ ਵੀ ਛੱਟ ਲੱਗਣ ਕਾਰਨ ਹਨਾ ਇਹ ਚੀਜ਼ ਕਰਕੇ ਵੀ ਇਹ ਬੱਚਾ ਹੁਣ ਪਰ ਉਹ ਚੀਜ਼ ਨੂੰ ਅਸੀਂ ਇਹ ਕਹਿੰਦੇ ਆ ਵੀ ਜੋ ਸਾਡੇ ਨਾਲ ਹੋ ਗਿਆ ਉਹ ਬੱਚਿਆਂ ਨਾਲ ਨਾ ਹੋਵੇ ਤਾਂ ਬੱਚੇ ਕੀ ਕਹਿਣਾ ਚਾਹੁੰਦੇ ਕਿੰਨੇ ਸਮੇਂ ਤੋਂ ਖੇਡ ਰਹੇ ਹੋ ਬਾਈ ਕੋਲ ਬਾਈ 4 ਸਾਲ ਹੋ ਗਈ ਖੇਡ ਰਹੇ ਹਾਂ 4 ਸਾਲ ਤੋਂ ਖੇਡ ਰਹੇ ਹਾਂ ਕਿੰਨੇ ਕਿਲੋ ਚ ਖੇਡਦੇ ਹੋ ਮੈਂ 3 ਘੰਟੇ ਖੇਡਦਾ ਸੀ ਜੱਜੀ 40 ਚ ਖੇਡਦਾ ਹੁਣ ਫਿਰ ਐਤ ਕੀ ਕਿੰਨੇ ਮੈਚ ਲਾ ਲੇ ਤੁਸੀਂ ਨੇ ਐਤ ਕੀ ਚਾਰ ਮੈਚ ਖੇਡਿਆ ਜੀ ਹੁਣ ਜਿੱਤੇ ਚਾਰੇ ਜਿੱਤੇ ਕਿੰਨੇਗੇ ਫਿਰ ਜੀ ਚਾਰੇ ਜਿੱਤੇ ਆਈ ਚਾਰੇ ਮੈਚ ਜਿੱਤ ਕੇ ਚਾਰੇ ਮੈਚ ਜਿੱਤੇ ਨੇ ਚਾਰੇ ਖੇਡੇ ਨੇ ਹੀ ਚਾਰੇ ਜਿੱਤੇ ਨੇ ਹਾਂ ਟੌਪ ਦੀ ਟੀਮ ਆ ਫਿਰ ਤੁਹਾਡੀ ਨਾ ਹਾਂਜੀ ਟੀਮ ਪੂਰੀ ਵਧੀਆ ਜੀ ਚਲੋ ਪਰਮਾਤਮਾ ਦੀ ਮਿਹਰ ਆ ਵੀ ਜਿੱਤੇ ਖੇਡਦੀ ਆ ਟੀਮ ਟੀਮਾਂ ਕੇਰਾ ਤਾਂ ਕੰਨ ਚੱਕ ਲਾਂਦੀਆਂ ਨੇ ਸਾਰੀਆਂ ਜੀ ਵੀ ਤੂਰਾ ਆ ਗਈ ਇਹ ਪਲੇਅਰ ਮੰਨ ਕੇ ਚੱਲੋ ਜੀ ਟੂਰਾ ਦੇ ਟੂਰਾ ਹੀ ਟੀਮ ਦੇ ਆਪਣੀ ਦੇ ਕਿੰਗ ਜਾਫੀ ਨੇ ਜੀ ਇਹ ਦੋਏ ਅੱਛਾ ਕੀ ਕਹਿੰਦੇ ਹੁੰਦੇ ਨੇ ਫੇਜਾ ਗਰਾਊਂਡ 'ਚ ਆਉਣਾ ਪੰਡਤ ਆ ਗਿਆ ਹਾਂ ਜੀ ਪੰਡਤ ਆ ਗਏ ਅੱਛਾ ਬੋਲ ਕੇ ਦਿਖਾ ਫਿਰ ਕਿਵੇਂ ਕਹਿੰਦੇ ਹੁੰਦੇ ਨੇ ਪੰਡਤ ਆਇਆ ਹੋਇਆ ਹਾਂ ਤੂੰਰਾ ਦੇ ਵੱਲੋਂ ਮਤਲਬ ਹਾਂ ਸਪੋਰਟ ਆ ਪੂਰੀ ਅੱਛਾ ਹਾਂ ਜੀ ਤਾਂ ਇਹ ਪੰਡਤ ਦਾ ਛੁੱਡਾ ਹੈ ਹਾਂ ਜੀ ਇਹ ਪੰਡਤ ਆਈ ਜਿੱਥੇ ਵੀ ਖੇਡਦਾ ਹਾਂ ਤਾਂ ਬੱਚੇ ਦੇਖ ਲੋ ਇਹ ਛੋਟੀ ਜੀ ਉਮਰ ਆ ਬੱਚੇ ਦੀ ਜਿਹੜੇ ਨਵੇਂ ਬੱਚਿਆਂ ਨੂੰ ਪਤਾ ਲੱਗਦਾ ਵੀ ਇਹ ਜਾਂਦਾਗਾ ਉਥੇ ਤਾਂ ਬੰਦੇ ਇਹਦੇ ਨਾਲ ਆ ਛੋਟੀ ਜੀ ਉਮਰ ਤੇ ਆ ਕੇ ਕਹਿੰਦੇ ਬਾਈ ਅਸੀਂ ਤੇਰੇ ਫੈਨ ਆ ਤੇਰੀ ਫੋਟੋ ਖਿਚਾਉਣੀ ਆ ਅੱਛਾ ਹਾਂ ਫੋਟੋ ਖਿਚਾਉਂਦੇ ਨੇ ਫਿਰ ਲੋਕ ਆ ਕੇ ਹੈ ਕੀ ਕਹਿੰਦੇ ਹੁੰਦੇ ਨੇ ਫਿਰ ਤੈਨੂੰ ਬਾਈ ਇੱਕ ਫੋਟੋ ਬਸ ਅੱਛਾ ਸਟਾਰ ਬਣ ਗਿਆ ਤੂੰ ਤਾਂ ਫਿਰ ਹੈ ਇਹ ਬੱਚਾ ਅਸੀਂ ਸਲਾਣੇ ਥੋੜੇ ਦਿਨ ਪਹਿਲਾਂ ਹੀ ਖੇਡਿਆ ਚਾਰ ਪੰਜ ਦਿਨ ਪਹਿਲਾਂ ਅੱਛਾ ਅਸੀਂ ਰਾਤ ਨੂੰ ਚਲੋ 80 ਕਿਲੋ ਦੇ ਮੈਚ ਦੇਖਣ ਵਾਗੇ ਤਾਂ ਇੱਕ ਬੱਚਾ ਆਇਆ ਭੱਜਿਆ ਭੱਜਿਆ ਸਾਡੇ ਕੋਲ ਆਇਆ ਸੀ ਇਹਦੇ ਫਾਦਰ ਸਾਹਿਬ ਵੀ ਨਾਲੇ ਸੀਗੇ ਇਨੂੰ ਕਹਿੰਦਾ ਵੀਰੇ ਤੂੰ ਬਹੁਤ ਤਕੜਾ ਜੱਫੀ ਆ। ਅੱਛਾ। ਕਹਿੰਦਾ ਯਾਰ ਮੈਂ ਤੇਰਾ ਫੈਨ ਹੋ ਗਿਆ। ਅਸੀਂ ਮੈਂ ਚਲ ਉਹਨੂੰ ਮੋੜ ਕੇ ਮਜ਼ਾਕ ਚ ਗਿਆ। ਮੈਂ ਕਹਾਂ ਤੂੰ ਇਹਦਾ ਫੈਨ ਹੋ ਗਿਆ। ਕਹਿੰਦਾ ਯਾਰ ਭਾਈ ਬਹੁਤ ਤਕੜੇ ਜੱਫੇ ਲਾਉਂਦਾ ਕਹਿੰਦਾ। ਅੱਛਾ। ਇਹਨੂੰ ਕਹਿੰਦਾ ਇਹਦੇ ਕੋਲ ਹੀ ਬੈਠਾ ਰਿਹਾ ਦੇਖ ਲੋ ਬੱਚਾ ਉਹ ਹਰ ਉਮਰ ਚ ਉਹ ਇਹਦੇ ਨਾਲ 4-5 ਸਾਲ ਵੱਡਾ ਹੋਊਗਾ। ਅੱਛਾ। ਹਾਂਜੀ। ਕੀ ਨਾਮ ਹੈ ਤੇਰਾ? ਨਮਨੀ। ਨਮਨ। ਹਾਈ। ਤੇ ਨਵਨ ਨਮਨ ਕਹਿੰਦੇ ਹੁੰਦੇ ਨੇ ਜਦ ਕਮੈਂਟਰੀ ਕਰਦੇ ਨੇ। ਹਾਈ। ਸ਼ੇਅਰ 'ਚ ਵੀਰ ਮਾਰਦੇ ਨੇ ਕੋਈ ਯਾਦ ਹੈ? ਹਾਈ। ਕੀ ਜਿਆਦਾ ਸੁਣਾਵਾਂ? ਕਾਇਨੇ ਤੁਰਾਂਦਾ ਗੁਰੀ ਦਾ ਚੰਡਿਆ ਹੋਇਆ ਪੱਠਾ ਹਾਂ ਅੰਦਰੀਆਂ ਹਾਈ ਪੂਰੇ ਇਹ ਗੁਰੀ ਦਾ ਚੰਡਿਆ ਹੋਇਆ ਇਹਨੂੰ ਦੁਨੀਆ ਮਾਨਦਿਆ ਅੱਛਾ ਉੱਥੇ ਫਿਰ ਜੇ ਫੋਟੋ ਖਿਚਾਉਂਦੇ ਨੇ ਤੇਰੇ ਨਾਲ ਵੀ ਆ ਕੇ ਲੋਕ ਹਾਈ ਕੀ ਕਹਿੰਦੇ ਹੁੰਦੇ ਨੇ ਆ ਕੇ ਵੀਰੇ ਇੱਕ ਫੋਟੋ ਕਰਾ ਦੋ ਅੱਛੇ ਆਤ ਨੂੰ ਵੀਰੇ ਆ ਕੇ ਕਹਿੰਦੇ ਨੇ ਫਿਰ ਵੀਰੇ ਫੋਟੋ ਕਰਾ ਲੈ ਇੱਕ ਹਾਈ ਹਮ ਸਲਾਣੇ ਦੀ ਕਮੇਟੀ ਇਹਨੂੰ ਲੱਭਦੀ ਫਿਰਦੀ ਸੀ ਅੱਛਾ ਅਸੀਂ ਕਹ ਵੀ ਕਹਿੰਦੇ ਵੀ ਕਿ ਤੁਹਾਡੇ ਚ ਗੋਰਾ ਜਾਂ ਛੋਟਾ ਜਵਾਕ ਆ ਵੀ ਉਹ ਕਿੱਥੇ ਆ ਅਸੀਂ ਕਿਹਾ ਵੀ ਦੱਸੋ ਸਾਡੇ ਸਾਰੇ ਜਵਾਬ ਉੱਥੇ ਸੀਗੇ ਤਾਂ ਜਦੋਂ ਫੜ ਕੇ ਲਿਆਏ ਇਹਨੂੰ ਅਸੀਂ ਕਿਹਾ ਵੀ ਗੱਲ ਤਾਂ ਦੱਸ ਦੋ ਕੀ ਹੋ ਗਈ ਕਹਿੰਦੇ ਅਸੀਂ ਇਹਦਾ ਸਨਮਾਨ ਕਰਨਾ ਵੀ ਸਾਨੂੰ ਜਾਫੀ ਬਹੁਤ ਵਧੀਆ ਲੱਗਿਆ ਹੈ ਅੱਛਾ ਨਾਮਨ ਹੈ ਨਾਮ ਨਹੀਂ ਹੋਰ ਬੱਚਾ ਕੋਈ ਇਹ ਇਹ ਵੀ ਮੁੰਡਾ ਬਹੁਤ ਵਧੀਆ ਜੀ ਐਦ ਕੀ ਸਟੇਟ ਲੈਵਲ ਖੇਡ ਕੇ ਆਇਆ ਸਟੇਟ ਲੈਵਲ ਖੇਡ ਕੇ ਆਇਆ ਫਿਰ ਹਾਈ ਅੱਛਾ ਸਕੂਲ ਵੱਲੋਂ ਗਿਆ ਸੀ ਹਾਈ ਉਹ ਟੀਚਰ ਨਹੀਂ ਲੈ ਕੇ ਗਿਆ ਜੀ ਸਾਨੂੰ ਉਸਤਾਦ ਹੀ ਲੈ ਕੇ ਗਿਆ ਜੀ ਅੱਛਾ ਹਾਈ ਉਸਤਾਦ ਹੀ ਲੈ ਕੇ ਜਾਂਦਾ ਫਿਰ ਗੁਰਚੂ ਰਾਣਾ ਹੈ ਹਾਈ ਤੈਨੂੰ ਫਿਰ ਕੀ ਕਹਿੰਦੇ ਹੁੰਦੇ ਨੇ ਜੇ ਗਰਾਊਂਡ 'ਚ ਜਾਣਾ ਹੈ? ਮੈਨੂੰ ਵੀ ਗਿਆਨੀ ਕਹਿੰਦੇ ਨੇ। ਅੱਛਾ ਗਿਆਨੀ ਗਿਆਨੀ ਕਹਿੰਦੇ ਨੇ ਫਿਰ ਕਿਵੇਂ ਕਹਿੰਦੇ ਨੇ ਬੋਲ ਕੇ ਸੁਣਾ ਕਰਾਂ? ਗਿਆਨੀ ਆ ਗਿਆ। ਐ ਕਹਿੰਦੇ ਨੇ ਜੀ ਬੱਸ। ਅੱਛਾ ਗਿਆਨੀ ਆ ਗਿਆ। ਕੋਈ ਕਮੈਂਟਰੀ ਕਰ ਲੈਂਦਾ ਥੋੜਾ ਇਹਨਾਂ 'ਚੋ ਬੱਚਾ ਜੇ ਕੋਈ ਹੁੰਦਾ ਕਈਆਂ ਨੂੰ ਸ਼ੌਂਕ ਹੁੰਦਾ। ਕਮੈਂਟਰੀ ਕਰੀਦਾ ਜਾਂਦੇ ਨੇ ਜੀ। ਵਾਕਿ ਸੁਣਾਊਗਾ ਕੋਈ ਕਮੈਂਟਰੀ? ਸੁਣਾਊਗਾ ਕੋਈ? ਕਰ ਲੈਂਦਾ ਕੋਈ। ਆਜਾ ਕਿਹੜਾ ਤੂੰ ਆਜਾ ਆਜਾ ਢੱਲੀ ਜੂੜੀ ਤੂੰ ਆਜਾ ਬਰੇ ਆਜਾ ਕਿਹੜਾ ਲੈ ਸੁਣਾ ਕਰਾ ਫਿਰ ਕੀ ਨਾਮ ਹੈ ਤੇਰਾ ਕਰਨਵੀਰ ਸਿੰਘ ਜੀ ਕਰਨਵੀਰ ਸਿੰਘ ਅੱਛਾ ਸੁਣਾ ਫਿਰਾਂ ਕਮੈਂਟਰੀ ਸੁਣਾ ਕਰਾਂ ਕੀ ਜੱਫੇ ਲਾਉਣਾ ਕੋਡੀਆਂ ਪਾਉਣਾ ਮੈਂ ਜੱਫੇ ਵੀ ਲਾ ਦਨਾ ਕੋਡੀਆਂ ਦੇ ਵਾਲਾ ਅੱਛਾ ਆਲਰਾਊਂਡਰ ਹੈ ਫਿਰ ਤੁਹਾਡਾ ਹੈ ਮੈਂ ਕਹਿੰਦਾ ਜੀ ਇਹਦਾ ਜਿਹਦਾ ਇਹ 클ਿੱਪ ਆਪਾਂ ਜਰੂਰ ਵਿੱਚ ਪਵਾਵਾਂਗੇ ਅੱਛਾ ਇਹਦਾ ਤੁਸੀਂ ਪੂਰਾ ਸਿਰੇ ਦਾ ਬੰਦਾ ਹੀ ਕੋਚ ਕਹਿੰਦੇ ਨੇ ਇਹਨੂੰ ਸਾਰੀ ਇਹ ਅੱਛਾ ਇਹ ਸਾਰੇ ਕੋਚ ਕਹਿੰਦੇ ਨੇ ਤੋਂ ਬਾਅਦ ਕੋਚ ਦਾ ਦਰਜਾ ਦਿੱਤਾ ਹੈ ਇਹਨੂੰ ਗੁਰੀ ਤੋਂ ਬਾਅਦ ਤੂੰ ਕੋਚ ਆ ਫਿਰ ਹੈ ਨੰਦੀ ਉਹਦਾ ਮੇਰਾ ਮਜ਼ਾਕ ਚ ਨਾ ਰਸਦਾ ਸੀ ਬਾਈ ਅੱਛਾ ਮਜ਼ਾਕ ਤਾ ਨਾ ਰਖਦਾ ਸੀਗਾ ਪਹਿਲਾਂ ਸੁਣਾ ਫਿਰ ਕਮੈਂਟਰੀ ਸੁਣਾ ਕਰ ਰੇਡ ਵਾਣਗੇ ਤਾਂ ਹੀ ਸੁਣਾਉਂਗਾ ਮੈਂ ਤੂੰ ਰੇਡ ਪਾ ਲੋ ਬਾਈ ਪਾਓ ਵੀ ਰੇਡ ਪਾਓ ਕਰ ਚਲ ਇਹ ਮੇਰੇ ਵੀਰੋ ਝੂਲੀ ਐ ਇਹ ਸਤਾਰ ਗੁਰੀ ਤੁਰਾ ਦਾ ਚੰਡਿਆ ਹੋਇਆ ਇੱਕ ਪਾਸੇ ਗਗਨ ਇੱਕ ਪਾਸੇ ਝੂਲੀ ਇਹ ਮੇਰੇ ਵੀਰੋ ਮਾਰੀ ਡਾਰ ਇਹ ਇਹ ਫੜਿਆ ਗੁੱਟ ਏ ਭੱਜ ਆਇਆ ਝੂਲੀ ਤਾੜੀ ਲਾ ਰਿਓ ਗੱਡ ਕੇ ਕੀ ਬਾਤ ਆ ਯਾਰ ਤੂੰ ਤਾਂ ਜਮਈਆ ਰੌਂਡ ਰਿਆ ਹੈ ਤੂੰ ਮੈਨੂੰ ਕਾਡੀਆਂ ਵੀ ਪਾ ਲੈਣਾ ਜੱਫੇ ਵੀ ਲਾ ਲੈਣਾ ਕਮੈਂਟਰੀ ਵੀ ਕਰ ਲੈਣਾ ਕਰਦਾ ਹਾਂ ਹਾਂਜੀ ਹੋਰ ਕੋਈ ਸ਼ੇਅਰ ਹੁੰਦਾ ਜੇ ਮੈਨੂੰ ਮੱਲਾ ਸ਼ੇਅਰ ਮਾਰਦੇ ਨੇ ਸ਼ੇਅਰ ਜ਼ਿਆਦਾ ਕੋਈ ਕਮੈਂਟਰੀ ਵਾਲਾ ਕੋਈ ਸ਼ੇਅਰ ਨਹੀਂ ਆਦਾ ਕੋਈ ਤਾਂ ਯਾਦ ਹੋਊਗਾ ਯਾਰ ਮਾੜਾ ਮੋਟਾ ਹੋਰ ਕੋਈ ਕਮੈਂਟੇਟਰ ਹੀ ਆਉਂਦੇ ਹੋਰ ਕੋਈ ਕਮੈਂਟਰੀ ਜਣਾਉਂਦੇ ਚੱਲ ਮਾੜੀ ਮੋਟੀ ਹੂੰ ਵਾਈਰ ਐੜਾ ਵਾਦਵਾ ਕੋਲੇ ਵੀ ਦੁਆਰੇ ਪਾਓ ਕਰਾਂ ਚਲ ਜਓ ਤੂੰ ਬਾਦਿਓ ਇੱਧਰ ਹੋ ਜੋ ਵੀ ਇੱਧਰ ਹੋ ਜੋ ਕਰਾਂ ਇਹ ਮੇਰੇ ਮੇਰੇ ਪੰਡਤ ਐ ਇਹਨੇ ਚੰਗੇ ਚੰਗੇ ਆਲੇ ਧੂਏ ਕੱਢੇ ਬੇ ਨੇ ਇੱਧਰ ਗਗਨ ਐ ਇਹ ਮਾਰੀ ਡਾਜ ਇਹ ਭੱਜਿਆ ਆ ਲਾ ਦੋ ਤਾੜੀ ਇੱਕ ਵਾਰ ਪੰਡਤ ਦੇ ਨਾਉ ਦੇ ਬਾਦ ਪੂਰਾ ਹੀ ਆਲਰਾਉਂਡਰ ਆ ਫਿਰ ਕਿਹੜੀ ਕਲਾਸ ਚ ਐ 6ਵੀਂ ਚ ਐ 6ਵੀਂ ਕਲਾਸ ਚ ਐ ਪੜਨ ਪੜਨ ਵੀ ਵਧੀਆਂ ਪੂਰਾ ਪੜਦਾ ਹਾਂਜੀ ਹਾਂਜੀ ਅੱਛਾ ਫਰਸਟ ਵੀ ਆਉਂਦਾ ਹਾਂਜੀ ਫਰਸਟ ਆਉਣਾ ਹਰੇਕ ਸਾਲ ਹਾਂਜੀ ਅਰੇ ਪਿਛਲੇ ਸਾਲ ਸੈਕੰਡ ਆ ਗਿਆ ਸੀ ਅੱਛਾ ਫੇਰ ਆਦ ਕੀ ਫੇਰ ਖਿੱਚ ਕੇ ਲੈ ਗਿਆ ਫਰਸਟ ਆ ਗਿਆ ਹੈ ਹਾਂ ਹੁਣ ਹਜੇ ਪੇਪਰ ਹੋਣੇ ਨਹੀਂ ਅੱਛਾ ਹੁਣ ਪੇਪਰ ਹੋਣੇ ਨੇ ਪੱਕਾ ਇਹ ਵੀ ਪੱਕਾ ਫਰਸਟ ਲਾਉਣਾ ਹੀ ਆ ਮੈਂ ਅੱਛਾ ਚਾਰੇ ਪਾਸੇ ਨੂੰ ਆਲ ਰਾਉਂਡ ਰਿਆਂ ਫਿਰ ਤੂੰ ਪੜਾਈ 'ਚ ਵੀ ਵਧੀਆ ਖੇਡਣ 'ਚ ਵੀ ਵਧੀਆ ਕਮੈਂਟਰੀ 'ਚ ਵੀ ਵਧੀਆ ਹਾਂਜੀ ਹਮ ਕਰਦੇ ਕੀ ਕਹਦੇ ਹੁੰਦੇ ਨੇ ਕਰਦੇ ਕਹਦੇ ਹੁੰਦੇ ਨੇ ਖੇਡਣਾ ਵੀ ਪੜ੍ਹ ਲੈ ਮੈਂ ਕਿਹਾ ਮੈਂ ਤਾਂ ਖੇਡਣਾ ਹੀ ਆ ਮੈਂ ਅੱਛਾ ਨਹੀਂ ਪੜ੍ਹਾਈ ਵੀ ਜ਼ਰੂਰੀ ਆ ਚਲ ਪੜ੍ਹਾਈ ਦੇ ਨਾਲ ਨਾਲ ਖੇਡਣਾ ਪੜਦਾ ਵੀ ਆਈ ਮੈਂ ਹਾਂ ਮਮਮੀ ਕਹਿੰਦੀ ਹੁੰਦੀ ਆ ਵੀ ਨਾ ਜਾ ਐ ਬਾਈ ਨੇ ਕਹਿਤੀ ਵੀ ਇਹਨੂੰ ਖੇਡਣ ਤੋਂ ਵਧੀਆ ਖੇੜਦਾ ਵੀ ਅੱਗੇ ਆ ਕੇ ਵਧੀਆ ਪਲੇਅਰ ਬਣੂਗਾ ਹਾਂ ਮਮਮੀ ਕਹਿੰਦੀ ਚੱਲ ਲੈ ਜਾ ਭੱਗ ਜਾ ਫਿਰ ਹੁਣ ਮੈਂ ਆਉਣ ਲੱਗ ਗਿਆ ਗਰਾਊਂਡ ਅੱਛਾ ਮਮਮੀ ਨੂੰ ਵੀ ਹੁਣ ਹੋ ਗਿਆ ਵੀ ਮੇਰਾ ਮੁੰਡਾ ਵਧੀਆ ਖੇੜਦਾ ਹਾਂਜੀ ਹੁਣ ਉਹਦੇ ਕਰਕੇ ਉਹ ਬਾਈ ਨੇ ਟਰੋਫੀ ਲਿਆਂਤੀਆਂ ਨੇ ਆਲੇ ਚਾਰ ਮੈਡਲ ਵੀ ਕਾਫੀ ਮੈਨੇ ਮਮਮੀ ਕਹਿੰਦੀ ਹੁਣ ਤਾਂ ਤੂੰ ਆਪ ਹੀ ਆ ਮਮਮੀ ਹੁਣ ਆਪ ਹੀ ਭੇਜਦੀ ਆ ਅੱਛਾ ਮਮਮੀ ਆਪ ਹੀ ਭੇਜਣ ਦਾ ਕੀ ਹੁਣ ਮਮਮੀ ਕਹਿੰਦੀ ਆਪ ਹੀ ਭੱਗ ਜਾ ਹੁਣ ਅੱਛਾ ਹਾਂਜੀ ਠੀਕ ਮੱਕ ਕਿਹੜਾ ਪਲੇਅਰ ਕਿਹੜਾ ਵਧੀਆ ਲੱਗਦਾ ਸਾਰੇ ਵਧੀਆ ਨੇ ਮੈਂ ਜਿਵੇਂ ਮੰਨ ਲਓ ਇੱਕ ਬੈਸਟ ਹੁੰਦਾ ਕੋਈ ਕਿਵੇਂ ਬਹੁਤ ਵਧੀਆ ਲੱਗਦੇ ਹੁੰਦੇ ਨੇ ਕਈ ਪਲੇਅਰ ਜਿਵੇਂ ਮੰਨ ਲਓ ਵੀ ਮੈਨੂੰ ਆ ਵਧੀਆ ਲੱਗਦਾ ਕੋਈ ਨਹੀਂ ਸਾਰੇ ਵਧੀਆ ਨੇ ਹੀ ਸਾਰੇ ਹੀ ਵਧੀਆ ਨੇ ਹਾਂਜੀ ਹੂੰ ਕੋਈ ਵੀ ਅਸੀਂ ਮਾੜਾ ਨਹੀਂ ਸਮਝਦੇ ਸਾਰੇ ਵਧੀਆ ਨੇ ਹੀ ਹੂੰ ਸਾਰੇ ਵਧੀਆ ਨੇ ਅੱਛਾ ਹਾਂਜੀ ਕੋਈ ਨਹੀਂ ਮਾੜਾ ਹੈਗਾ ਹਾਂਜੀ ਹੂੰ ਹੂੰ ਕਬੱਡੀ ਕਿਹਦੀ ਵਧੀਆ ਲੱਗਦੀ ਐ ਜੱਕ ਕਬੱਡੀ ਪਾਉਣਾ ਕਿਹਦੀ ਵਧੀਆ ਲੱਗਦੀ ਐ ਅੱਛਾ ਉਹਦੀ ਵਧੀਆ ਲੱਗਦੀ ਐ ਹਾਂਜੀ ਪੰਡਤ ਇਹ ਕਹਿੰਦਾ ਤੈਨੂੰ ਵਧੀਆ ਲੱਗਦਾ ਫੁੱਲ ਹਾਂਜੀ ਬਸ ਕੌਡੀਆਂ ਦੇਖ ਕੇ ਹੀ ਐ ਥਾਪੀ ਰੁੱਪੀ ਮਤਲਬ ਮੈਚਾਂ ਦੇ ਵੀਡੀਓ ਦੇਖਦੇ ਆ ਹਾਂ ਮਤਲਬ ਸ਼ੋਅ ਮੈਚ ਹੁੰਦੇ ਨੇ ਕਈ ਉਹਦੇ ਵਿੱਚ ਵੀਡੀਓ ਦੇਖਦੇ ਤਾਂ ਕਰਕੇ ਨੇ ਕਰਕੇ ਬਸ ਅੱਛਾ ਹਾਂਜੀ ਕੌਡੀਆਂ ਪਾਉਂਦੇ ਨੇ ਫੈਨ ਕਰ ਲੇ ਮੁੰਡੇ ਨੇ ਫਿਰ ਮੈਂ ਹੈ ਸਾਰੇ ਹੋਰ ਬਈ ਤੂੰ ਸੁਣਾ ਕੁਝ ਤੂੰ ਸੁਣਾ ਦੇ ਕਰ ਤੇ ਕਰ ਮੜੀ ਜੀ ਕਮੈਂਟਰੀ ਉਹ ਜੀ ਮੈਂ ਮੜੀ ਜੀ ਪਤਾ ਕੀ ਆ ਜੀ ਲੱਤਾਂ ਹੀ ਵੰਦੇ ਨੇ ਮੈਂ ਛਾਲ ਜਿਹਾ ਆ ਜਾਂਦਾ ਜੀ ਉਹਦੇ ਮੇਰੇ ਫੈਨ ਬਣ ਗਏ ਸਾਰੇ ਦਈਏ ਹਾਂ ਵੀ ਤੂੰ ਜਿਦਾ ਹੀ ਮੈਂ ਲਗਾਉ ਮਰਦਾ ਹਰੇ ਕੋਈ ਕਹਿੰਦਾ ਕਹਿੰਦਾ ਕਿੰਨਾ ਤਕੜਾ ਲਗਾਉ ਮਰਦਾ ਇਹ ਆ ਕਹਿੰਦਾ ਨਾ ਇਹਦਾ ਹਾਂ ਜੀ ਮੈਨੂੰ ਮੈਂ ਚਾਹ ਕਹਿੰਦਾ ਨਾ ਕਹਿੰਦਾ ਮੈਂ ਤੇਰਾ ਫੈਨ ਆਂ ਜੀ ਫੈਨ ਅੱਛਾ ਫੈਨ ਆ ਇਹਦਾ ਪੱਕਾ ਹੈ ਹਾਂਜੀ ਜਿੰਨੀ ਵੀ ਰੈਡਾ ਬੋਨਾ ਸਾਰੇ ਤੇ ਆਹੀ ਲੱਗਦਾ ਜੱਫਾ ਲਾਉਣ ਅੱਛਾ ਹਾਂਜੀ ਕਮਾਲ ਹੈ ਯਾਰ ਹੈ ਤੁਸੀਂ ਤਾਂ ਇੱਕ ਦੂਜੇ ਦੇ ਫੈਨ ਹੋਏ ਫਿਰਦੇ ਹੋ ਪੂਰੇ ਹਾਂਜੀ ਹੋਰ ਵੀ ਤੁਸੀਂ ਕਹਿਣਾ ਕੁਛ ਨਾਈ ਹਾਂ ਵੀ ਤੂੰ ਬੋਲ ਲੈ ਕੁਛ ਬਸ ਜੀ ਹੈ ਕੌਡੀਆਂ ਪਾਉਣਾ ਕਿ ਜੱਫੇ ਲਾਉਣਾ? ਜੀ ਕੌਡੀਆਂ ਪਾਉਣਾ। ਕੌਡੀਆਂ ਪਾਉਣਾ ਹੈਂ? ਤੂੰ ਬਈ। ਜੱਫੇ। ਅੱਛਾ ਜੱਫੇ ਲਾਉਣਾ ਤੂੰ। ਹਾਏ। ਤੂੰ ਬਈ ਆ ਜਾ ਬਈ ਤੂੰ ਵੀ ਆ ਜਾ। ਕਿਹੜੀ ਕਲਾਸ 'ਚ? ਮੈਂ 9th। 9th ਦੇ ਵਿੱਚ ਆ। ਹਾਂਜੀ। ਤੇ ਫੁੱਲ ਖੇਡਦਾ ਵਧੀਆ ਕੀ ਕੌਡੀਆਂ ਪਾਉਣਾ ਕਿ ਜੱਫੇ ਲਾਉਣਾ? ਕੌਡੀਆਂ ਪਾਉਣਾ ਜੀ। ਕੌਡੀਆਂ ਪਾਉਣਾ ਹੈਂ? ਹਾਂਜੀ। ਕੌਡੀ ਪਾ ਕੇ ਫੇਂ ਉਂਗਲੀ ਖੜੀ ਕਰਦਾ ਹੁੰਨਾ? ਨਾ ਆ ਆਪਣੇ ਹੱਥੇ ਨਹੀਂ ਕਰਦੇ। ਅੱਛਾ। ਇਹ ਉਸਤਾਦ ਦੇ ਸਾਰੇ ਚੰਡੇ ਨੇ ਉਂਗਲੀ ਕੋਈ ਨਹੀਂ ਖੜੀ ਕਰਦਾ ਹੋਇ ਇਹਨਾਂ 'ਚੋਂ ਹੈ? ਆ ਵੀ ਤਿੰਨੇ ਬੱਚੇ ਨੇ ਜੀ ਇਹ ਵੀ ਪੂਰੇ ਵਧੀਆ ਪਰਫਾਰਮੈਂਸ ਹੈ ਇਹਨਾਂ ਦਾ ਪੰਜਾਬ ਦੇ ਕੱਪਾਂ ਤੇ ਕਿਹੜੇ ਨੇ ਆਹ ਇਹ ਵੀ ਇਹ ਵੀ ਤਿੰਨੇ ਮੁੰਡੇ ਬਹੁਤ ਵਧੀਆ ਨੇ ਜੀ ਅੱਛਾ 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 ਹਾਂ ਵੀ ਜਿਵੇਂ ਆ ਵਧੀਆ ਜੀ ਕੀ ਕੋਡੀਆਂ ਪਾਉਣਾ ਜੱਫੇ ਲਾਉਣਾ ਜੀ ਕੋਡੀਆਂ ਪਾਉਣਾ ਕੋਡੀਆਂ ਪਾਉਣਾ ਫਿਰ ਹਾਂਜੀ ਕੱਟੀਆਂ ਪਾ ਦਿੰਨਾ ਜੀ ਨੰਨ ਜੀ ਇੱਕ ਇੱਕ ਕਰਕੇ ਅੱਛਾ ਕਿਹੜੀ ਕਲਾਸ ਚ ਹੈ ਜੀ 6 ਸੈਕਸ 3 ਵਿੱਚ ਹੈ ਹਾਂਜੀ ਕੋਈ ਯਾਦ ਹੈਗਾ ਕੋਈ ਕੋਈ ਐਸੀ ਚੀਜ਼ ਵਧੀਆ ਲੱਗਦੀ ਹੋਵੇ ਜਿਹੜੀ ਲੋਕਾਂ ਨੇ ਕਹੀ ਹੋਵੇ ਤੈਨੂੰ ਦੇਖ ਕੇ ਕੋਡੀਆਂ ਪਾਉਂਦੇ ਨੇ ਨੇ ਕੋਈ ਕੰਪਲੀਮੈਂਟ ਦੇ ਦਿੰਦਾ ਵੀ ਯਾਰ ਤੂੰ ਤਾਂ ਬਹੁਤ ਜ਼ਬਰਦਸਤ ਖੇਡਿਆ ਤੂੰ ਤਾਂ ਖੇਡਿਆ ਕੋਈ ਜਿਉ ਆ ਦਾ ਬਸ ਮੈਨੂੰ ਕਰਨ ਕਹਿ ਰੰਦਾ ਹੁੰਦਾ ਕਰਨ ਕਿਹੜਾ ਜਿਉ ਆ ਆ ਜਾ ਵੀ ਕਰਨ ਤੂੰ ਸਾਰਿਆਂ ਨੂੰ ਕਹਿੰਦਾ ਰਹਿੰਦਾ ਫਿਰ ਮੋਟੀਵੇਟ ਕਰਦਾ ਹੈ ਤੂੰ ਹੈ ਹਾਂਜੀ ਇਹਨੂੰ ਸਾਰੇ ਵੀ ਕਹਿੰਦੇ ਹੁੰਦੇ ਦੀ ਤੂੰ ਦਾ ਬਹੁਤ ਵਧੀਆ ਖੇਡਦਾ ਵੀ ਐਵੇਂ ਖੇਡਿਆ ਕਰ ਤਾਹੀਂ ਤੈਨੂੰ ਕੋਚ ਕਹਿੰਦੇ ਨੇ ਫਿਰ ਦੂਜਾ ਹੈ ਹਾਂਜੀ ਇਹ ਤੇ ਬਾਹ ਖੂਬੀਆਂ ਨੇ ਜੀ ਹਾਂ ਖੂਬੀਆਂ ਕਰਨੇ ਨੂੰ ਕੋਚ ਕਹਨੇ ਆ ਸਾਰਿਆਂ ਨੂੰ ਮੋਟੀਵੇਸ਼ਨ ਕਰੀ ਜਾਂਦਾ ਵਿੱਚੋਂ ਵਿੱਚ ਇਹ ਮਨੋਰੰਜਨ ਵੀ ਕਰਾਉਂਦਾ ਜੀ ਪੂਰਾ ਮਨੋਰੰਜਨ ਵੀ ਕਰਾਉਣਾ ਪੂਰਾ ਚਲਵਾ ਵੀ ਸਾਨੂੰ ਦਿਖਾ ਕੇ ਨਾ ਲੋਕਾਂ ਨੂੰ ਵੀ ਦਿਖਾ ਇਹ ਮੈਂ ਰੇਡ ਭੋਗਣਾ ਤੇ ਰੇਡ ਵਾ ਕੇ ਦਿਖਾ ਦੇਣਾ ਰੇਡ ਪਾ ਕੇ ਦਿਖਾਏਗਾ ਚਲ ਰੇਡ ਪਾ ਕੇ ਤੇਰੀ ਬਾਅਦ ਚ ਦੇਖਦੇ ਆਂ ਫੇ ਰੇਡ ਹੈਨਾ ਹੀਗਾ ਜੀ ਦੇਖ ਲਓ ਜੇ ਸਹੀ ਆ ਹਾਂ ਵੀ ਤੈ ਕਹਿਣਾ ਕੁਛ ਅੱਜ ਨਾ ਹੀ ਉਹਨ ਪ੍ਰੀ ਸੰਗਈ ਮੈਂ 6ਵੀਂ ਕਲਾਸ ਵਿੱਚ ਪੜ੍ਹਦੀ ਮੇਰਾ ਅਸਤਾਦ ਜੀ ਮੈਨੂੰ ਬਹੁਤ 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 ਹੌਸਲਾ ਦਿੰਦਾ ਈ ਨਸ਼ਿਆਂ ਚੋਂ ਬਚਾਉਂਦਾ ਈ ਮੇਰਾ ਅਸਤਾਦ ਮੈਨੂੰ ਜੀ ਮੇਰੇ ਅਸਤਾਦ ਉੱਤੇ ਬਹੁਤ ਮਾਣ ਆਈ ਅੱਛਾ ਪੂਰਾ ਮਾਣ ਅਸਤਾਦ ਤੇ ਹਾਂਜੀ ਹੂੰ ਤੂੰ ਬਈ ਮੇਰਾ ਨਾਮ ਰਾਜਾ ਈ ਮੈਂ 8ਵੀਂ ਜਮਾਤ ਪੜ੍ਹ ਪੜ੍ਹਦੀ ਜਾਂਫੀਆਂ ਕੇ ਰੇਡਰਾਂ ਈ ਰੇਡਰ ਹੈਂ ਹਾਂਜੀ ਠੀਕ ਆ ਕਿੰਨੇ ਕਿਲੋ ਚ ਖੇੜਦਾ ਮੈਂ 32 ਕਿਲੋ ਖੇੜਦਾ 32 ਕਿਲੋ ਹਾਂਜੀ ਘਰ ਦੇ ਤਾਂ ਹੀ ਰੋਕਦੇ ਆ ਹੁਣ ਤੂੰ ਇੱਥੇ ਹਾਂਜੀ ਕੀ ਕਹਿੰਦੇ ਹੁੰਦੇ ਨੇ ਘਰ ਦੇ ਕਹਿੰਦੇ ਖੇਟੀ ਚੱਲ ਲੈ ਘਰ ਖੇਟੀ ਜਾ ਕਹਿੰਦੇ ਹੈ ਹਾਂਜੀ ਹਾਂ ਬਈ ਤੂੰ ਛੋਬਰਾ ਜੀ ਮੇਰਾ ਹਿਮੰਤ ਕੁਮਾਰ ਆ ਜੀ ਕੀ ਕੀ ਹਿਮੰਤ ਕੁਮਾਰ ਜੀ ਹਿਮੰਤ ਕੁਮਾਰ ਹਾਂਜੀ ਹੋਰ ਫੇ ਕਿਹਨਾਂ ਵਾਹੇ ਹਿਮੰਤ ਜੀ ਕੀ ਕੌਡੀਆਂ ਪਾਉਣੇ ਜੱਫੇ ਲਾਉਣੇ ਜੀ ਜੱਫੇ ਲਾਉਣੇ ਜੀ ਜੱਫੇ ਲਾਉਣੇ ਖੁੱਲ ਹਾਂਜੀ ਕੀ ਸੁਣਾਏਗਾ ਕੁਛ ਕਮੈਂਟਰੀ ਕਰਦੇ ਯਾਰ ਮਾੜੀ ਜੀ ਜੇ ਮੈਨੂੰ ਆਉਂਦੀ ਨਹੀਂ ਲੈ ਉਹੀ ਗੱਲਾਂ ਕਰੀ ਜਾਂਦਾ ਤੇ ਲੈ ਕਮੈਂਟਰੀ ਸੁਣਦਾ ਤਾਂ ਹੋਏਗਾ ਉਹੀ ਸੁਣਾ ਦੇ ਸਾਨੂੰ ਹਾਂ ਜੀ ਸੁਣਦਾ ਜੇ ਉਪਰ ਮਾਝ ਖਦਾਣੀ ਦਾ ਕਮੈਂਟ ਅੱਛਾ ਹਾਂ ਜੀ ਕੋਡੀਆਂ ਖੇਡਣੀ ਆ ਪੂਰੀ ਹੈ ਹਾਂ ਜੀ ਤਾਂ ਹੋਰ ਬਾਈ ਆ ਜਾ ਵੀ ਤੂੰ ਆ ਜਾ ਬਿੱਲੇ ਕੀ ਕਹਾਂਗੇ ਫਿਰ ਹੋਰ ਕੀ ਕਹਿਣਾ ਚਾਹਣਾ ਲੋਕਾਂ ਨੂੰ ਹੱਸਣਾ ਦਾ ਹੀ ਕਹਿਣਾ ਜਣਾ ਵੀ ਨਸ਼ਿਆਂ ਤੋਂ ਬਚੋ ਤੇ ਕਬੱਡੀ ਵੱਲ ਵੱਧ ਧਿਆਨ ਦਿਓ ਜੀ ਤੇ ਜਿਹੜੇ ਹੁਣ ਜਿਹੜੇ ਜਨ ਦੇ ਦੇ ਕੇ ਹੋਰ ਵੀ ਆਏ ਨੇ ਨਵੇਂ ਹੀ ਕਾਫੀ ਆਏ ਨੇ ਨਵੇਂ ਆ ਗਏ ਆ ਖੜੇ ਨਹੀਂ ਆ ਗਏ ਕਾਫੀ ਆ ਗਏ ਜਨ ਦੇ ਦੇ ਕੇ ਹੋਰ ਫੇਡਣ ਲੱਗੇ ਹੀ ਬਸ ਐਂ ਕਹਨੇ ਹੀ ਅਸੀਂ ਵੀ ਵੀ ਆਪਣਾ ਪੜੋ ਵੀ ਤੇ ਗਰਾਊਂਡ ਵੀ ਆਓ ਬਿੱਲਾ ਮੈਂ ਕਹਿੰਦਾ ਪੂਰਾ ਸਟਾਈਲਿਸ਼ ਪਲੇਅਰ ਬਣੂੰਗਾ ਠੋਡਾ ਹਾਈ ਹੈ ਸਟਾਈਲਿਸ਼ ਪਲੇਅਰ ਬਣੂੰਗਾ ਸਾਰਿਆਂ ਚੋ ਬਿੱਲਾ ਠੋਡਾ ਹਾਂਜੀ ਹਾਂਜੀ ਬਿੱਲੇ ਨੂੰ ਦੇਖ ਕੇ ਹੀ ਬਹੁਤ ਬੱਚਿਆਂ ਨੇ ਮੰਨ ਕੇ ਚੱਲੋ ਵੀ ਜਿਨ੍ਹਾਂ ਦੇ ਮਾਣੀ ਮੋਟੀ ਛੱਟ ਵੇਟ ਲਾਇਆ ਦੀ ਸੀ ਉਹ ਬੱਚਿਆਂ ਨੇ ਕਦੇ ਹੁਣ ਇਹ ਚੀਜ਼ ਨਹੀਂ ਸੋਚੀ ਵੀ ਹਾਂ ਅਸੀਂ ਗਰਾਊਂਡ ਤੋਂ ਹਟ ਜਾਈਏ ਜਾਂ ਇਦਾਂ ਹੋ ਜਾਈਏ ਫੇ ਕਹਿੰਦੇ ਨੇ ਬਈ ਯਾਰ ਬਿੱਲੇ ਦੇ ਏਡੀ ਸ਼ਟ ਲੱਗੀ ਉਹਨੇ ਤਾਂ ਛੱਡਿਆ ਨਹੀਂ ਗਰਾਊਂਡ ਅਸੀਂ ਕਿਉਂ ਛੱਡੀਏ ਇਹਨੂੰ ਦੇਖ ਕੇ ਬਹੁਤ ਬੱਚੇ ਮੁੜੇ ਨੇ ਗਰਾਊਂਡ ਤੋਂ ਮੰਨ ਲਓ ਵੀ ਗਰਾਊਂਡ 'ਚ ਵੱਧ ਤੋਂ ਵੱਧ ਆਉਂਦੇ ਨੇ ਜੀ ਤਾਂ ਹੋਰ ਕੋਈ ਬੱਚਾ ਰਹਿ ਗਿਆ ਹੋਵੇ ਕੋਈ ਕੁਸ਼ਨ ਹਾਂਜੀ ਸਸੀ ਆ ਜੀ ਸਸੀ ਦਾ ਜੀ ਮੈਂ ਨਾ ਜਸ਼ਨ ਪ੍ਰੀਜ਼ੈਂਟ ਗਈ ਜਸ਼ਨ ਹਾਂ ਜਸ਼ਨ ਫਿਰ ਕੀ ਕੌਡੀਆਂ ਪਾਉਣਾ ਨਾ ਇਹ ਜੱਫੇ ਲਾਉਣਾ ਹੈ ਜੱਫੇ ਲਾਉਣਾ ਹੈ ਹਾਂ ਕਰ ਦੇ ਤਾਂ ਹੀ ਰੋਕਦੇ ਹੁਣ ਨਾ ਇਹ ਪਹਿਲਾਂ ਰੋਦੇ ਹੁਣ ਨਹੀਂ ਰੋਕਦੇ ਪਹਿਲਾਂ ਹੀ ਕਹਿੰਦੇ ਹੁੰਦੇ ਸੀ ਵੀ ਰਾਂ ਦੇ ਹੱਟ ਵੇ ਲੱਗੇ ਕਿਸੇ ਨੇ ਦੇਖਣਾ ਨਹੀਂ ਮੈਂ ਕਿਹਾ ਕੋਈ ਨਾ ਇਹ ਸਾਡਾ استاد ਸਾਰਾ ਕੋਈ ਆਈ ਅੱਛਾ ਵੀ ਤੁਸੀਂ ਮਾਪੇ ਸਾਰਾ ਕੋਈ استاد ਹੋ ਸਾਡਾ ਹੀ ਹੂੰ ਅੱਛਾ استاد ਸਭ ਕੁਝ ਕਰਦਾ ਫਿਰ ਨਾਲ ਖੜਦਾ استاد ਖੇਡਣ ਵੀ ਲੈ ਕੇ ਜਾਂਦਾ ਹਾਂ ਓਕੇ ਜਮੇ ਜੀ استاد ਨਾਲ ਖੜਦਾ ਜੀ ਕੋਈ ਨਹੀਂ ਪਿੰਡ ਜੋ سپورਟ ਕਰਦਾ ਇਹ استاد ਕਰਦਾ ਜੀ ਸਾਰਾ ਕੋਈ ਸਹੀ ਹੈ ਭਈ ਇੰਨੀਆਂ ਦੁਆਵਾਂ ਨਹੀਂ ਤੁਹਾਡੇ ਨਾਲ ਮਨ ਲੋ ਬੱਚਿਆਂ ਦੀਆਂ ਮਨ ਲੋ ਮਾਸੂਮਾਂ ਦੀ ਤਾਂ ਦੁਆ ਕਹਿੰਦੇ ਬਹੁਤ ਛੇਤੀ ਲੱਗਦੀ ਆ ਪ੍ਰਮਾਤਮਾ ਕਿਉਂਕਿ ਮਨਚ ਮੈਲ ਨਹੀਂ ਨਾ ਹੁੰਦੀ ਇਹਨਾਂ ਦੇ ਮਨ ਲੋ ਕੀ ਕਹਿਣਾ ਚਾਹੁੰਨੇ ਹੋ ਮਨ ਲੋ ਆਲੇ-ਦਾਲੇ ਲੋਕ ਜਿਹੜੇ ਨਸ਼ੇ ਵੇਚ ਕੇ ਨਾ ਬੱਚਿਆਂ ਨੂੰ ਮਨ ਲੋ ਨਸ਼ਿਆਂ ਚ ਲਾਈ ਜਾ ਰਹੇ ਨੇ ਬਾਈ ਬਾਸ ਜੇ ਪ੍ਰਮਾਤਮਾ ਕਹਿੰਦਾ ਵੀ ਜਿਹਹੇ ਜੀ ਬੰਦਾ ਬੀਜ ਦਾ ਫਿਰ ਉਹ ਜਿਹਾ ਵੜਦਾ ਜੀ ਚਲੋ ਹੁਣ ਜਦੋਂ ਆਪਾਂ ਨੇ ਕਿਸੇ ਦਾ ਧੀ ਪੁੱਤ ਚਾਹ ਮਨ ਲੋ ਚੰਗੇ ਰਾਹ ਤੇ ਲਾ ਦਈਏ ਚਾਹੇ ਮਾੜੇ ਰਾਹ ਤੇ ਲਾ ਦਈਏ ਵੀ ਜਿਹਹੇ ਜਿਆ ਬੰਦਾ ਕਰਦਾ ਹੋ ਜਾ ਜੀ ਪਰਦਾ ਜੀ ਵੀ ਤਾਂ ਇੱਕ ਹੱਥ ਲੈ ਲੈ ਦੂਜੇ ਹੱਥ ਪਰ ਲਾਉ ਕੰਮ ਆ ਜੀ ਹੋਰ ਕੋਈ ਰਹਿ ਗਿਆ ਬੱਚਾ ਛੋਟਾ ਇੱਕ ਬੱਚਾ ਆ ਹੀ ਆਪਣਾ ਹਾਂ ਵੀ ਸਸੇ ਆਲੀ ਸਸੇ ਕਾਂਜੀ ਕਿਹੜੀ ਕਲਾਸ ਚੋਂ 10ਵੀਂ ਕਲਾਸ ਚੋਂ 10ਵੀਂ ਕਲਾਸ ਚ ਹੈ ਪੜਨ ਪੜਨ ਚ ਵਧੀਆ ਹਾਂਜੀ ਹੈ ਹਾਂਜੀ ਪੜਦਾ ਪੂਰਾ ਹਾਂਜੀ ਹੂੰ ਕਰ ਦੇਦਾ ਹੀ ਰੋਕਦੇ ਆਉਣ ਤੋਂ ਕਰ ਦੇ ਰੋਕਦੇ ਮੈਂ ਕਾ ਜਾਣਾ ਮੈਂ ਗਰਾਉਂਡ ਕੀ ਕਹਿੰਦੇ ਹੁੰਦੇ ਨੇ ਕਰਦੇ ਰੋਕਦੇ ਕਹਦੇ ਨੇ ਮੈਂ ਕਹ ਤੇਣਾ ਹਾਂ ਟੋਨੀ ਤੋਂ ਜਾਏਗਾ ਹੁਣ ਮੈਂ ਕਾ ਕੁਛ ਨਹੀਂ ਆਉਂਦਾ ਹਾਂ ਉਹ ਤਾਂ ਮੈਂ ਤਾਂ ਜਾਊਂਗਾ ਅੱਛਾ ਯਾਨੀ ਕਿ ਪੂਰਾ ਪਿਆਰ ਕਰਦਾ ਖੇਡ ਕਬੱਡੀ ਨੂੰ ਮੈਂ ਖੇਡ ਕਬੱਡੀ ਨੂੰ ਹੈ ਹਾਂਜੀ ਗਾਣਾ ਸੁਣਦੇ ਹੋ ਨੇ ਸਾਰੇ ਜਿਹੜਾ ਅੰਗਰੇਜ਼ ਅਲੀ ਦਾ ਗਾਣਾ ਸੀ ਖੇਡ ਕਬੱਡੀ ਖੇਡਣਾ ਸ਼ੌਂਕ ਪੰਜਾਬੀ ਸ਼ੇਰਾਂ ਦਾ ਹੈ ਮੜਿਆ ਗਾ ਕੀ ਸੁਣਾ ਤੋਂ ਸਾਰੇ ਫੇਰ ਇਕੱਠੇ ਹੀ ਲੈ ਸੁਣਾ ਕਰ ਯਾਰ ਯਾਰ ਲੈ ਉਹ ਵੀ ਗੱਲਾਂ ਆ ਜਾ ਤੂੰ ਆ ਜਾ ਕਰ ਆ ਜਾ ਆ ਜਾ ਕੋਚ ਆ ਜਾ ਕਰ ਤੂੰ ਇਹਦੇ ਭਾਈ ਇਹ ਗਾਊਗਾ ਤੁਸੀਂ ਸਾਰਿਆਂ ਨੇ ਬੋਲਣਾ ਪਿੱਛੇ ਵੀ ਠੀਕ ਆ ਚਾਹੇ ਨਾਲੇ ਬੋਲੀ ਜਾਵੇ ਖੇਡ ਕਬੱਡੀ ਖੇਡਣ ਸ਼ੌਂਕ ਪੰਜਾਬੀ ਸ਼ੇਰਾਂ ਦਾ ਖੇਡ ਕਬੱਡੀ ਖੇਡਣ ਸ਼ੌਂਕ ਪੰਜਾਬੀ ਸ਼ੇਰਾਂ ਦਾ ਗਮਾਨੀ ਹੋਰ ਕਾਦੇ ਯਾਰ ਇੰਨੇ ਤਾਂ ਪਲੇਅਰਾਂ ਦੇ ਨਾਂ ਨੇ ਤੂਤਾਂ ਦਾ ਗਰਜੀਤ ਵੀ ਕਹਿੰਦੇ ਰੇਡਰ ਚੋਟੀ ਦਾ ਤੂਤਾਂ ਦਾ ਕਹਿੰਦੇ ਗਰਜੀਤ ਰੇਡਰ ਚੋਟੀ ਦਾ ਗਰਜੀਤ ਤੂਤ ਦਾ ਪਤਾ ਨਹੀਂ ਅੱਛਾ ਸਹੀ ਹੈ ਤਾਂ ਜਾਂਦੇ ਜਾਂਦੇ ਕੀ ਕਹਿਣਾ ਚਾਹੁੰਦੇ ਹੋ ਬਸ ਇਹੀ ਕਹਿਣਾ ਚਾਹੁੰਦੇ ਆ ਲੋਕਾਂ ਨੂੰ ਜੀ ਵੀ ਆਪਣੇ ਬੱਚਿਆਂ ਨੂੰ ਫੋਨਾਂ ਤੋਂ ਹਟਾ ਕੇ ਗਰਾਊਂਡਾਂ ਵੱਲ ਭੇਜੋ ਨਸ਼ਿਆਂ ਤੋਂ ਹਟਾ ਕੇ ਵੀ ਗਰਾਊਂਡਾਂ ਵੱਲ ਭੇਜੋ ਦੇਵਤਾ ਗਰਾਊਂਡ ਚ ਆਊਗਾ ਜੀ ਚਲੋ ਬੱਚੇ ਨੂੰ ਹੋਰ ਨਹੀਂ ਕੁਝ ਆਪਣੇ ਸਰੀਰ ਕੰਨੀ ਉਹ ਫੈਕਟਰ ਹੋਊਗਾ ਹੁਣ ਆਪਾਂ ਦੇਖਦੇ ਆਂ ਵਿੱਚ ਫੋਨਾਂ ਚ ਇੰਨੇ ਕੁ ਬੱਚੇ ਮੰਨ ਕੇ ਚਲੋ ਰੁੱਝ ਗਏ ਨੇ ਬਿਨਾਂ ਰੋਟੀ ਮੰਗਦੇ ਨੇ ਨਾ ਖਰਾਕ ਮੰਗਦੇ ਨੇ ਸਿਰਫ ਫੋਨ ਮੰਗਦੇ ਨੇ ਵੀ ਸਾਨੂੰ ਫੋਨ ਦੇ ਦਿਓ ਹੋਰ ਸਾਨੂੰ ਕੁਝ ਨਹੀਂ ਚਾਹੀਦਾ ਉਹਨਾਂ ਦਾ ਕੀ ਹੈ ਜੀ ਇੱਕ ਤਾਂ ਉਹਨਾਂ ਦੇ ਦਿਮਾਗ ਤੇ ਅਸਰ ਪੈਂਦਾ ਵੀ ਇੱਕੋ ਚੀਜ਼ ਕੰਨੀ ਉਹ ਜਾਈ ਜਾਂਦੇ ਨੇ ਇੱਕ ਦੂਜੇ ਤੌਰ ਤੇ ਉਹ ਸਰੀਰਕ ਪੱਖੋਂ ਮਾੜੇ ਹੋਈ ਜਾਂਦੇ ਨੇ ਜੀ ਅੱਜ ਕੱਲ ਦੇ ਜਵਾਗ ਤੁਸੀਂ ਦੇਖ ਲਿਓ 100 ਦੇ ਵਿੱਚੋਂ 90% ਜਵਾਗ ਤੁਹਾਨੂੰ ਜਮਾਈ ਹਲਕੇ ਮਿਲਣਗੇ ਕਿਉਂ ਕਿ ਉਹਨਾਂ ਦਾ ਨਾ ਤਾਂ ਸਰੀਰਕ ਨਹੀਂ ਧਿਆਨ ਆ ਜੀ ਨਾ ਉਹਨਾਂ ਦਾ ਗਰਾਊਂਡ ਕਨੀ ਧਿਆਨ ਆ ਵੀ ਬਸ ਇਹ ਚੀਜ਼ਾਂ ਕਨੀ ਧਿਆਨ ਆ ਵੀ ਬਸ ਫੋਨ ਚਾਹੀਦਾ ਹੋਰ ਸਾਨੂੰ ਕੁਝ ਨਹੀਂ ਚਾਹੀਦਾ ਅੱਜ ਦੇ 5 5 4 4 ਸਾਲ ਦੇ ਜਵਾਕਾਂ ਕੋਲ ਵੀ ਦੇਖ ਲਓ ਫੋਨ ਹੁੰਦੇ ਨੇ ਅੱਜ ਦੇਖਦੇ ਨੇ ਘਰਾਂ ਚ ਅੱਜਕੱਲ ਆਪਾਂ ਵੀ ਫੋਨਾਂ ਤੋਂ ਛਟਕਾਰਾ ਦਵਾ ਕੇ ਜਵਾਕਾਂ ਨੂੰ ਗਰਾਊਂਡਾਂ ਵੱਲ ਭੇਜਣਾ ਚਲੋ ਨਵੀਂ ਪੀੜੀ ਵੱਜੂਗੀ ਤਾਂ ਭਾਈ ਚੰਗਾ ਲੱਗਿਆ ਤੁਹਾਡਾ ਉਪਰਾਲਾ ਯਾਰ ਬਹੁਤ ਚੰਗਾ ਲੱਗਿਆ ਸਾਨੂੰ ਤੁਹਾਨੂੰ ਮਿਲ ਕੇ ਬਸ ਬਈ ਆਪਾਂ ਤਾਂ ਇਹੀ ਕਹਨੇ ਜੀ ਚਲੋ ਜਿਵੇਂ ਬਾਹਰ ਬੈਠੇ ਐਨਆਰਆਈ ਵਿੱਚ ਲੋਕ ਨੇ ਹਨਾ ਵੀ ਉਹ ਬੱਚਿਆਂ ਦੀ ਸਹਾਇਤਾ ਕਰਨ ਜੋ ਇਹੋ ਜਿਹਾ ਕੋਈ ਕਿਸੇ ਨੇ ਅਪਰਾਲਾ ਤੋਰਿਆ ਹਨਾ ਵੀ ਚਲੋ ਸਾਡਾ ਨਹੀਂ ਕਿਸੇ ਹੋਰ ਦਾ ਵੀ ਜੇ ਕਿਸੇ ਦਾ ਤੋਰਿਆ ਹੋਇਆ ਤਾਂ ਉਹਨਾਂ ਦੀ ਹੈਲਪ ਕਰਨ ਵੀ ਰੱਜੇ ਹੋਏ ਨੂੰ ਤਾਂ ਰਹਿ ਕੇ ਰਜਾਈ ਜਾਂਦਾ ਜੀ ਵੀ ਜਦੋਂ ਇਹੋ ਜਿਹੇ ਬੱਚਿਆਂ ਦਾ ਕੋਈ ਦਾਨਪੁਨ ਕਰਦਾ ਕੀ ਪਤਾ ਪ੍ਰਮਾਤਮਾ ਨੇ ਕਿੱਥੇ ਖੈਰਾ ਕਰ ਦੇਣਾ ਜੀ ਵੀ ਇਹੋ ਜਿਹੇ ਬੱਚਿਆਂ ਦੀ ਸਪੋਰਟ ਕਰੇ ਤਾਂ ਕੋਈ ਭਰਾ ਤਾਂ ਬੜੀ ਮਿਹਰਬਾਨੀ ਹੋਊਗੀ ਤਾਂ ਇਹ ਸੀ ਪਿੰਡ ਤੂਰਾ ਦੀ ਟੀਮ ਗੁਰੀ ਤੂਰਾ ਅਮਲੋ ਹਲਕੇ ਦਾ ਇਹ ਪਿੰਡ ਆ ਤੇ ਇਹਨਾਂ ਬੱਚਿਆਂ ਨੂੰ ਗਰੀਬ ਪਰਿਵਾਰਾਂ ਦੇ ਬੱਚੇ ਨੇ ਸਾਰੇ ਤੁਸੀਂ ਦੇਖ ਸਕਦੇ ਹੋ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਕਬੱਡੀ ਦੇ ਪਲੇਅਰ ਬਣਾਉਣ ਦਾ ਬੀੜਾ ਚੁੱਕਿਆ ਹੋਇਆ ਗੁਰੀ ਤੂਰਾ ਨੇ ਆਪ ਵੀ ਬਾਈ ਘਰੋਂ ਦਰਮਿਆਨੇ ਪਰਿਵਾਰ ਚੋਂ ਹੀ ਆ ਰੋਟੀ ਪਾਣੀਓ ਚੱਲਦਾ ਜਿੰਨਾ ਕ ਚੱਲਦਾ ਕਹਿੰਦੇ ਜਿੰਨਾ ਕ ਬਚਦਾ ਮੈਨੂੰ ਜਾਂ ਜਿੰਨੇ ਕ ਯੋਗਾ ਹੈਗਾ ਮੈਂ ਓਨੇ ਕ ਯੋਗਾ ਕਰਦਾ ਤੈਨਾਂ ਆਰ ਆਈ ਭਰਾ ਨੇ ਜਿਹੜੇ ਜਾਂ ਹੋਰ ਪੰਜਾਬ ਹਤੈਸ਼ੀ ਕਹੌਣ ਵਾਲੇ ਬੰਦੇ ਨੇ ਜਿਹੜੇ ਸੋਚਦੇ ਨੇ ਮਾਂ ਖੇਡ ਕਬੱਡੀ ਪੂਰੀ ਦੁਨੀਆ ਦੇ ਵਿੱਚ ਫਸਰੇ ਮਾਂ ਖੇਡ ਕਬੱਡੀ ਦੇ ਨਾਲ ਬੱਚੇ ਜੁੜਨ ਜਿਹੜੇ ਕਹਿੰਦੇ ਨੇ ਸਾਡੇ ਬੱਚੇ ਨਸ਼ਿਆਂ ਤੋਂ ਦੂਰ ਹੋਣ ਤਾਂ ਇਹਨਾਂ ਬੱਚਿਆਂ ਦੀ ਬਾਹ ਜ਼ਰੂਰ ਫੜਨ ਇਸ ਪਿੰਡ ਦੇ ਵਿੱਚੋਂ ਵੀ ਐਨ ਆਰ ਆਈ ਭਰਾ ਹੋਣਗੇ ਆਲੇ-ਦਾਲੇ ਦੇ ਵਿੱਚੋਂ ਵੀ ਹੋਣਗੇ ਜਾਂ ਪੂਰੇ ਪੰਜਾਬ ਦੇ ਵਿੱਚੋਂ ਵੀ ਹੋਣਗੇ ਜਿਹੜੇ ਚਾਹੁੰਦੇ ਹੋਣਗੇ ਵੀ ਅਸੀਂ ਮਾਂ ਖੇਡ ਕਬੱਡੀ ਨੂੰ ਅੱਗੇ ਤੱਕ ਲੈ ਕੇ ਜਾਈਏ ਸਾਡੇ ਬੱਚੇ ਮਾਂ ਖੇਡ ਕਬੱਡੀ ਨੂੰ ਖੇਡਣ ਤੇ ਪੂਰੀ ਦੁਨੀਆ ਤੇ ਸਾਡਾ ਨਾਮ ਰੌਸ਼ਨ ਕਰਨ ਤਾਂ ਲੋੜ ਹੈ ਕਿਤੇ ਨਾ ਕਿਤੇ ਇਹਨਾਂ ਬੱਚਿਆਂ ਦੀ ਜ਼ਰੂਰ ਬਾਹ ਫੜਨ ਆਪਣੇ ਪਿੰਡਾਂ ਦੇ ਵਿੱਚ ਆਪਣੇ ਸ਼ਹਿਰਾਂ ਦੇ ਵਿੱਚ ਆਪਣੇ ਮੁਹੱਲਿਆਂ ਦੇ ਵਿੱਚ ਜਿਹੜੇ ਬੱਚੇ ਖੇਡਣਾ ਚਾਹੁੰਦੇ ਨੇ ਇਸ ਤਰੀਕੇ ਦੇ ਉਪਰਾਲੇ ਕਰਨ ਜੇ ਆਪ ਨਹੀਂ ਕਰ ਸਕਦੇ ਤਾਂ ਅਜਿਹੇ ਜਿਵੇਂ ਗੁਰੀ ਗੁਰੀ ਤੂਰਾ ਨੇ ਬੀੜਾ ਚੱਕਿਆ ਹੋਇਆ ਇਹਨਾਂ ਦਾ ਸਾਥ ਦੇਣ ਤਾਂ ਇਹਨਾਂ ਬੱਚਿਆਂ ਦੀ ਜੇ ਕੋਈ ਸਹਾਇਤਾ ਕਰਨਾ ਚਾਹੁੰਦਾ ਤਾਂ ਅਮਲੋ ਹਲਕੇ ਦਾ ਪਿੰਡ ਆ ਤੂਰਾ ਇਸ ਪਿੰਡ ਦੇ ਵਿੱਚ ਇਹ ਬਾਈ ਇਹਨਾਂ ਬੱਚਿਆਂ ਨੂੰ ਖੜਾਉਣ ਦੀ ਸੇਵਾ ਕਰ ਰਹੇ ਨੇ ਇਹਨਾਂ ਬੱਚਿਆਂ ਨੂੰ ਮਾਂ ਖੇਡ ਕਬੱਡੀ ਦੇ ਨਾਲ ਜੋੜਨ ਦਾ ਉਪਰਾਲਾ ਕਰ ਰਹੇ ਨੇ ਤਾਂ ਲੋੜਾ ਕਿਤਨੇ ਕਿਤੇ ਸਾਡਾ ਸਮਾਜ ਹੈ ਜਿਹੜਾ ਇੱਧਰ ਨੂੰ ਆਵੇ ਤੇ ਸਾਡੇ ਬੱਚਿਆਂ ਨੂੰ ਅਸੀਂ ਸੰਭਾਲ ਸਕਦੇ ਹਾਂ ਜੇ ਉਹ ਖੇਡਾਂ ਨਾਲ ਜੁੜੇ ਰਹਿਣਗੇ ਨਸ਼ਿਆਂ ਤੋਂ ਵੀ ਮੁਕਤ ਰਹਿਣਗੇ ਜਾਂ ਹੋਰ ਜਿਹੜੀਆਂ ਅਲਾਮਤਾਂ ਨੇ ਉਹਨਾਂ ਤੋਂ ਵੀ ਮੁਕਤ ਰਹਿਣਗੇ ਕੈਮਰਾ ਪਰਸਨ ਦਵਿੰਦਰ ਦੇ ਨਾਲ ਮਹਾਰਾਜਵੀਰ ਸਿੰਘ ਪ੍ਰੋ ਪੰਜਾਬ ਟੀਵੀ ਤੂਰਾ ਅਮਲੋ